ਪਿਆਰੇ ਬੱਚਿਓ, ਆਓ ਅੱਜ ਆਪਾਂ ਬਾਬਾ ਬੁੱਢਾ ਜੀ ਦੇ ਜੀਵਨ ਦੇ ਉੱਤੇ ਵਿਚਾਰ ਸਾਂਝੇ ਕਰਦੇ ਹਾਂ। ਬਾਬਾ ਬੁੱਢਾ ਜੀ ਉਹ ਗ੍ਰੇਟ ਪਰਸਨੈਲਿਟੀ ਹੈ, ਮਹਾਨ ਸ਼ਖਸੀਅਤ ਹੈ, ਜਿਨ੍ਹਾਂ ਨੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਅਤੇ ਗੁਰੂ ਹਰਗੋਬਿੰਦ ਸਾਹਿਬ ਤੱਕ 6 ਗੁਰੂ ਸਾਹਿਬਾਨ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰਿਆਈ ਦੀ ਰਸਮ ਆਪਣੇ ਕਰ ਕਮਲਾਂ ਨਾਲ ਅਦਾ ਕੀਤੀ ਅਤੇ ਜਿਨ੍ਹਾਂ ਨੇ ਜਿਹੜੇ ਬੱਚੇ ਉਹ 125 ਸਾਲ ਜੀਵੇ ਅਤੇ 6 ਗੁਰੂ ਸਾਹਿਬਾਨ ਦੀ ਜਿਹੜਾ ਨੇ ਸੰਗਤ ਮਾਣੀ, ਉਸ ਗ੍ਰੇਟ ਪਰਸਨੈਲਿਟੀ, ਮਹਾਨ ਸ਼ਖਸੀਅਤ ਬਾਬਾ ਬੁੱਢਾ ਜੀ ਦੀ ਦੇ ਜੀਵਨ ਦੇ ਵਿਚਾਰ ਅੱਜ ਮੈਂ ਤੁਹਾਡੇ ਨਾਲ ਸਾਂਝੇ ਕਰਨ ਦਾ ਯਤਨ ਕਰਾਂਗਾ। ਬਾਬਾ ਬੁੱਢਾ ਜੀ ਦਾ ਜਨਮ 1506 ਈਸਵੀ ਨੂੰ 22 ਅਕਤੂਬਰ ਨੂੰ ਮਾਤਾ ਗੌਰਾਂ ਜੀ ਦੀ ਕੁੱਖ ਵਿੱਚੋਂ ਅਤੇ ਪਿਤਾ ਭਾਈ ਸੁੱਖੇ ਰੰਧਾਵਾ ਦੇ ਘਰ ਵਿਖੇ ਪਿੰਡ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੋਇਆ। ਬੱਚਿਓ, ਇਹ ਕੱਥੂ ਨੰਗਲ ਅੰਮ੍ਰਿਤਸਰ ਤੋਂ ਬਟਾਲਾ ਵਾਲੀ ਰੋਡ ਦੇ ਉੱਤੇ ਬਟਾਲੇ ਦੇ ਲਾਗੇ ਪਰ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ। ਇੱਥੇ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਜਨਮ ਸਥਾਨ ਗੁਰਦੁਆਰਾ ਬਾਬਾ ਬੁੱਢਾ ਜੀ ਵੀ ਬਣਿਆ ਹੋਇਆ ਹੈ। ਬਾਬਾ ਬੁੱਢਾ ਜੀ ਦਾ ਪਹਿਲਾ ਨਾਮ ਸੀ ਬੂੜਾ। ਇਹ ਕੱਥੂ ਨੰਗਲ 'ਚ ਬਚਪਨ ਬਿਤਾਇਆ ਅਤੇ ਫਿਰ ਆਪਣੇ ਮਾਪਿਆਂ ਦੇ ਨਾਲ ਇਹ ਰਾਮਦਾਸ ਆ ਗਏ। ਇੱਥੇ ਹੀ 1518 ਈਸਵੀ 'ਚ ਬੂੜਾ ਜੀ ਦਾ ਗੁਰੂ ਨਾਨਕ ਦੇਵ ਜੀ ਦੇ ਨਾਲ ਮੇਲ ਹੋਇਆ। ਬੂੜਾ ਜੀ ਬੜੀ ਤੇਜ਼ ਬੁੱਧੀ ਅਤੇ ਗੰਭੀਰ ਸੁਭਾਅ ਵਾਲੇ ਸੀ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਆ ਉਦੋਂ ਉਮਰ ਸਿਰਫ ਸੀ 12 ਸਾਲ। 12 ਸਾਲ ਦਾ ਮਤਲਬ ਬਹੁਤ ਛੋਟਾ ਬੱਚਾ, ਅੱਜ 6 ਕਲਾਸ ਦੇ ਬੱਚੇ ਨੂੰ ਕਿੰਨੀ ਕੁ ਸੋਝੀ ਹੈ। ਪਰ ਬਾਬਾ ਬੁੱਢਾ ਜੀ ਦੀ ਸੋਝੀ ਦੇਖੋ ਕਿ ਗੁਰੂ ਨਾਨਕ ਦੇਵ ਜੀ ਦੇ ਨਾਲ ਗੱਲਾਂ ਕਰਦਿਆਂ, ਵਿਚਾਰਾਂ ਕਰਦਿਆਂ, ਮੌਤ ਦੇ ਸੰਕਲਪ ਉੱਤੇ, ਜਿਹੜੇ ਬੜੇ ਜਗਿਆਸੂ ਵਿਅਕਤੀ ਹੀ ਸਵਾਲ ਪੁੱਛ ਸਕਦੇ ਨੇ, ਮੌਤ ਦੇ ਸੰਕਲਪ ਉੱਤੇ ਗੁਰੂ ਜੀ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਸਵਾਲ ਪੁੱਛੇ ਅਤੇ ਗੁਰੂ ਜੀ ਨੇ ਦੇਖਿਆ ਕਿ ਨਾ ਇਹਨਾਂ ਦਾ ਬੂੜਾ ਵਾ ਪਰ ਗੱਲਾਂ ਬੁੱਢਿਆਂ ਵਾਲੀਆਂ, ਮਤਲਬ ਸਿਆਣਿਆਂ ਵਾਲੀਆਂ, ਬਾਬਿਆਂ ਵਾਲੀਆਂ, ਮੈਚਿਓਰ ਪਰਸਨ ਜਿਹੜੇ ਹੁੰਦੇ ਨੇ ਉਹਨਾਂ ਵਰਗੀਆਂ ਇਹ ਗੱਲਾਂ ਕਰ ਰਿਹਾ ਵਾ। ਸੋ ਬਾਬਾ ਜੀ ਦੀ ਤੇਜ਼ ਬੁੱਧੀ ਅਤੇ ਗੰਭੀਰ ਸੁਭਾਅ ਕਰਕੇ ਬੁੱਢਾ ਜੀ ਦਾ ਨਾਮ ਬਾਬਾ ਬੁੱਢਾ ਜੀ ਪ੍ਰਚਲਿਤ ਹੋ ਗਿਆ। ਉਸ ਤੋਂ ਬਾਅਦ ਬਾਬਾ ਬੁੱਢਾ ਜੀ ਕਰਤਾਰਪੁਰ ਆ ਗਏ ਅਤੇ ਗੁਰੂ ਸੰਗਤਾਂ ਦੀ ਸੇਵਾ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਲ ਲੀਨ ਹੋ ਗਏ। ਬਾਬਾ ਜੀ ਦਾ ਵਿਆਹ ਵੀ ਹੋਇਆ, ਬਾਬਾ ਬੁੱਢਾ ਜੀ ਦੇ ਘਰ 4 ਪੁੱਤਰ ਵੀ ਪੈਦਾ ਹੋਏ ਅਤੇ ਮੈਂ ਪਹਿਲਾਂ ਦੱਸ ਚੁੱਕਾਂ ਕਿ ਦੂਜੇ ਗੁਰੂ ਤੋਂ ਲੈ ਕੇ 6ਵੇਂ ਗੁਰੂ ਤੱਕ 5 ਗੁਰੂ ਸਾਹਿਬਾਨ ਨੂੰ ਜਦੋਂ ਵੀ 2nd, 3rd, 4th, 5th, 6th ਨੂੰ ਗੁਰਗੱਦੀ ਦਿੱਤੀ ਗਈ ਅਤੇ ਉਹਦੀ ਰਸਮ ਅਦਾ ਕਰਨ ਲਈ ਹਰ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਇਸ ਯੋਗ ਸਮਝਿਆ, ਇਹ ਮਾਣ ਉਹਨਾਂ ਨੂੰ ਦਿੱਤਾ ਅਤੇ ਉਹਨਾਂ ਦੇ ਕਰ ਕਮਲਾਂ ਦੇ ਨਾਲ ਸਾਰਿਆਂ ਦੀ ਗੁਰਿਆਈ ਦੀ ਰਸਮ ਅਦਾ ਹੋਈ। ਇੱਕ ਬਾਬਾ ਬੁੱਢਾ ਜੀ ਦੀ ਲਿਆਕਤ ਦੀ, ਸੂਝਬੂਝ ਦੀ, ਤੀਖਣ ਬੁੱਝੀ ਦੀ, ਬੁੱਧੀ ਦੀ ਇੱਕ ਹੋਰ ਇਗਜ਼ੈਂਪਲ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆਂ। ਜਦੋਂ ਗੁਰੂ ਅਮਰਦਾਸ ਜੀ ਗੁਰੂ ਬਣਦੇ ਨੇ ਅਤੇ ਉਸ ਵੇਲੇ ਗੁਰੂ ਅੰਗਦ ਦੇਵ ਜੀ ਅਤੇ ਮਾਤਾ ਖੀਵੀ ਜੀ ਦਾ ਬੇਟਾ ਜਿਹਦਾ ਨਾਮ ਸੀ ਦਾਤੂ, ਇਹ ਜਿੱਦ ਕਰਦਾ ਸੀ ਵੀ ਗੁਰੂ ਮੈਂ ਬਣੋ। ਪਰ ਗੁਰੂ ਘਰ ਦੀ ਇਹ ਪਰੰਪਰਾ ਵਾ ਕਿ ਦੀਪਕ ਅਤੇ ਦੀਪਕ ਪ੍ਰਗਾਸਿਆ, ਗੁਰੂ ਉਹ ਬਣਦਾ ਸੀ ਜਿਹੜਾ ਗੱਦੀ ਦੇ ਲਾਇਕ ਹੁੰਦਾ ਸੀਗਾ। ਕੋਈ ਵਰ ਨਾਲ, ਕੋਈ ਸਰਾਪ ਨਾਲ, ਕੋਈ ਸਿਫਾਰਸ਼ ਨਾਲ, ਕੋਈ ਜਿੱਦ ਨਾਲ ਗੁਰੂ ਨਹੀਂ ਸੀ ਬਣ ਸਕਦਾ। ਜੇ ਇੰਝ ਬਣਨਾ ਹੁੰਦਾ ਤਾਂ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਵੀ ਬਣ ਜਾਂਦੇ ਅਤੇ ਗੁਰੂ ਅੰਗਦ ਦੇਵ ਦਾ ਪੁੱਤਰ ਜਿੱਦ ਕਰਨ ਲੱਗ ਪਿਆ। ਮਾਤਾ ਖੀਵੀ ਨੇ ਬੜਾ ਸਮਝਾਇਆ, ਪੁੱਤਰ ਪੰਡ ਭਾਰੀ ਹੈ, ਤੈਥੋਂ ਚੱਕੀ ਨਹੀਂ ਜਾਣੀ। ਪਰ ਮੰਨਿਆ ਨਹੀਂ, ਅੜਿਆ ਰਿਹਾ, ਪਰ ਉਹ ਗੱਦੀ ਦੇ ਲਾਇਕ ਨਹੀਂ ਸੀ, ਗੁਰੂ ਨਹੀਂ ਬਣ ਸਕਿਆ, ਨਹੀਂ ਬਣਾਇਆ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਗੁਰੂ, ਅਤੇ ਗੁਰੂ ਬਣ ਗਏ, ਬਣਾਤਾ ਗੁਰੂ ਅਮਰਦਾਸ ਜੀ ਨੂੰ। ਅਤੇ ਦਾਤੂ ਨੂੰ ਗੁੱਸਾ ਆ ਗਿਆ, ਕ੍ਰੋਧ ਵਿੱਚ ਆ ਗਿਆ ਕਿ ਉਹਨੇ ਗੁਰੂ ਅਮਰਦਾਸ ਜੀ ਦੇ ਭਰੀ ਸੰਗਤ ਦੇ ਵਿੱਚ ਠੁੱਡ ਮਾਰਿਆ, ਮਤਲਬ ਲੱਤ ਮਾਰੀ, ਪੈਰ ਮਾਰਿਆ, ਅਤੇ ਗੁਰੂ ਅਮਰਦਾਸ ਜੀ ਦੇ ਪੈਰ ਵੱਜਾ ਅਤੇ ਗੁਰੂ ਜੀ ਪੈਰ ਘੁੱਟਣ ਲੱਗ ਪਏ। ਗੁਰੂ ਜੀ ਕਹਿੰਦੇ ਮੈਂ ਬੁੱਢਾ ਵਾਂ, ਕਿਉਂਕਿ
74 ਸਾਲ ਦੀ ਉਮਰ 'ਚ ਗੁਰੂ ਬਣੇ ਸੀ। ਕਹਿਣ ਲੱਗੇ, ਮੈਂ ਬੁੱਢਾ ਵਾਂ, ਮੇਰੀਆਂ ਹੱਡੀਆਂ ਸਖ਼ਤ ਨੇ, ਤੇਰੇ ਕੋਮਲ ਪੈਰਾਂ ਨੂੰ ਦਰਦ ਹੋਈ ਹੋਣੀ ਆ, ਲਿਆ ਘੁੱਟਦਿਆਂ, ਲੱਤ ਪਵੇ ਤਾਂ ਪੈਰ ਫੜ ਲਓ। ਕਿੱਡਾ ਵਧੀਆ ਗੁਣ ਸਾਨੂੰ ਗੁਰੂ ਅਮਰਦਾਸ ਜੀ ਦੇ ਗਏ, ਜਿਸ ਗੁਣ ਨੂੰ ਅਸੀਂ ਰੋਜ਼ ਅਰਦਾਸ ਵਿੱਚ ਯਾਦ ਕਰਦੇ ਹਾਂ, ਧਿਆਨ ਧਰਦੇ ਹਾਂ ਅਤੇ ਕਹਿੰਦੇ ਹਾਂ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪਰ ਧਿਆਨ ਪਤਾ ਨਹੀਂ ਕਦਾ ਧਰਦੇ ਹਾਂ ਜੀ। ਧਿਆਨ ਤਾਂ ਮੇਰਾ ਖਿਆਲ ਉਸਨੇ ਹੁੰਦਾ ਕੜਾਹ ਪ੍ਰਸਾਦ ਦੀ ਦੇਗ ਵੱਲ, ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਹੁਣ ਕੜਾਹ ਪ੍ਰਸਾਦ ਦੀ ਦੇਗ ਮਿਲੇਗੀ। ਜੇ ਧਿਆਨ ਧਰਦੇ ਹੋਈਏ ਤਾਂ ਸਾਡੀਆਂ ਆਪਸ ਵਿੱਚ ਲੜਾਈਆਂ ਨਾ ਹੋਣ, ਸਿੱਖ ਸਿੱਖ ਨੂੰ ਨਾ ਕੁੱਟੇ, ਸਾਡੀਆਂ ਪੱਗਾਂ ਕਦੀ ਵਿਦੇਸ਼ਾਂ ਵਿੱਚ, ਕਦੀ ਦੇਸ਼ ਵਿੱਚ, ਕਦੀ ਆਪਣੇ ਪੰਜਾਬ ਵਿੱਚ ਨਾ ਲੈਣ, ਇਹਨਾਂ ਦਾ ਆਪਸੀ ਭਾਈਚਾਰਾ ਅਤੇ ਸਤਿਕਾਰ ਵਧੇ। ਕਿਉਂਕਿ ਅਸੀਂ ਧਿਆਨ ਧਰਦੇ ਹੀ ਨਹੀਂ, ਦੇਖ ਕੇ ਡਿੱਟ ਕਰਨ ਵਾਲੀ ਗੱਲ ਦਾ, ਅਸੀਂ ਪ੍ਰੈਸਟਿਜ ਸਾਡੀ ਜਿਹੜੀ ਆ ਉਹ ਆ ਖੜਦੀ ਆ, ਹਉਮੈ ਸਾਡੀ ਆ ਖੜਦੀ ਆ, ਈਗੋ ਜਿਹੜੀ ਆ ਉਹ ਸਾਡੀ ਹਰਟ ਹੁੰਦੀ ਆ। ਅਸੀਂ ਜੋ ਸਿਆਣਪ ਸਾਡੇ ਕੋਲ ਆ, ਜੋ ਗਿਆਨ ਸਾਡੇ ਕੋਲ ਆ, ਅਸੀਂ ਖੜ ਜਾਂਦੇ ਹਾਂ ਕਿ ਇਹੀ ਸੱਚ ਹੈ। ਅਸੀਂ ਮਿਲ ਬੈਠੋ ਸਫ਼ਾ ਵਸਾਏ ਜੀਓ, ਸਫ਼ਾ ਵਸਾ ਕੇ ਬੈਠਣ ਨੂੰ ਤਿਆਰ ਨਹੀਂ ਹੈਗੇ। ਅਸੀਂ ਆਪਣੀ ਈਗੋ ਮਾਰ ਕੇ, ਅਸੀਂ ਡਿਸਕਸ਼ਨ ਕਰਕੇ ਸਾਂਝੀ ਰਾਏ ਉੱਤੇ ਪਹੁੰਚਣ ਨੂੰ ਤਿਆਰ ਹੀ ਨਹੀਂ ਹੈਗੇ, ਅਤੇ ਬਸ ਅਸੀਂ ਲੜਨ ਨੂੰ ਤਿਆਰ ਰਹਿੰਦੇ ਹਾਂ। ਕਈ ਵਾਰੀ ਇੰਝ ਲੱਗਦਾ ਕਿ ਪੜ੍ਹਦੇ ਹਾਂ ਥੋੜ੍ਹਾ ਅਤੇ ਲੜਦੇ ਹਾਂ ਬਹੁਤਾ, ਜੇ ਪੜ੍ਹਾਂਗੇ ਬਹੁਤਾ ਲੜਾਂਗੇ ਥੋੜ੍ਹਾ। ਸੋ ਇਹ ਇੱਕ ਜਿਹੜਾ ਗੁਰੂ ਬਾਬਾ ਬੁੱਢਾ ਜੀ ਦੀ ਗੱਲ ਚੱਲਦੇ ਹਾਂ ਵਿੱਚ ਗੁਰੂ ਅਮਰਦਾਸ ਜੀ ਦਾ, ਕਿਉਂਕਿ ਗੁਰੂ ਅਮਰਦਾਸ ਜੀ ਦੇ ਨਾਲ ਬਾਬਾ ਬੁੱਢਾ ਜੀ ਸੀ, ਅਤੇ ਉਹਨਾਂ ਦੀ ਜ਼ਿਕਰ ਕਰਦੇ ਹਾਂ। ਗੁਰੂ ਅਮਰਦਾਸ ਜੀ ਦੀ ਇੱਕ ਇਤਿਹਾਸਕ ਘਟਨਾ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਆ। ਮੈਂ ਵਾਪਸ ਬਾਬਾ ਬੁੱਢਾ ਜੀ 'ਤੇ ਆਵਾਂ। ਜਦੋਂ ਗੁਰੂ ਅਮਰਦਾਸ ਜੀ ਦੇ ਲੱਤ ਵੱਜੀ, ਦਾਤੂ ਨੇ ਝਗੜਾ ਕਰਨ ਦਾ ਯਤਨ ਕੀਤਾ, ਅਤੇ ਗੁਰੂ ਅਮਰਦਾਸ ਜੀ ਨਹੀਂ ਸੀ ਚਾਹੁੰਦੇ ਕਿ ਝਗੜਾ ਵਧੇ, ਲੜਾਈ ਦਾ ਮਾਹੌਲ ਬਣੇ, ਹਾਲਾਤ ਖਰਾਬ ਹੋਣ, ਅਤੇ ਗੁਰੂ ਅਮਰਦਾਸ ਜੀ ਇਸ ਸਾਰੇ ਮਾਹੌਲ ਨੂੰ ਅਵੋਇਡ ਕਰਨ ਵਾਸਤੇ ਉੱਥੋਂ ਚਲੇ ਗਏ, ਅਤੇ ਜਾ ਕੇ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਛੱਡ ਕੇ ਅਤੇ ਬਸ ਰਖੇ ਪਹੁੰਚ ਗਏ। ਉੱਥੇ ਇੱਕ ਕਮਰੇ ਵਿੱਚ ਬੈਠ ਗਏ, ਬੂਹਾ ਬੰਦ ਕਰਕੇ ਬੰਦਗੀ ਕਰਨ ਲੱਗ ਪਏ। ਜਦੋਂ ਗੁਰੂ ਅਮਰਦਾਸ ਜੀ ਚੱਲੇ ਸੀ, ਉਹਨਾਂ ਨੇ ਸੰਗਤ ਨੂੰ ਕਿਹਾ ਸੀ ਵੀ ਮੇਰੇ ਕੋਈ ਮੱਥੇ ਨਾ ਲੱਗੇ ਹੋ, ਅਤੇ ਹੁਣ ਇਹ ਗੁਰੂ ਦਾ ਹੁਕਮ ਹੈ, ਗੁਰੂ ਦੇ ਬਚਨ ਨੇ, ਗੁਰੂ ਦੇ ਹੁਕਮ, ਗੁਰੂ ਦੇ ਬਚਨ ਨੂੰ ਕੋਈ ਮੋੜ ਨਹੀਂ ਸਕਦਾ। ਫਿਰ ਬਾਬਾ ਬੁੱਢਾ ਜੀ ਦੀ ਇੱਥੇ ਲਿਆਕਤ ਆਉਂਦੀ ਹੈ। ਸੰਗਤ ਬੜੀ ਵਿਆਕੁਲ ਸੀ, ਇੱਕ ਤਾਂ ਗੁਰੂ ਜੀ ਦੇ ਲੱਤ ਵੱਜੀ ਨਰਾਦਰ ਹੋਇਆ, ਦੂਜਾ ਗੁਰੂ ਜੀ ਸਾਹਿਬ ਨਾਰਾਜ਼ ਹੋ ਕੇ ਚਲੇ ਗਏ ਨੇ, ਅਤੇ ਤੀਜਾ ਸੰਗਤ ਗੁਰੂ ਦੇ ਦਰਸ਼ਨਾਂ ਤੋਂ ਵਾਂਝੀ ਰਹਿ ਗਈ, ਅਤੇ ਸੰਗਤ ਦੀ ਵਿਆਕੁਲਤਾ ਨੂੰ ਦੇਖ ਕੇ ਬਾਬਾ ਬੁੱਢਾ ਜੀ ਦੀ ਜੀ ਮਗਰੀ ਬਸ ਰਕੇ ਪਹੁੰਚ ਗਏ। ਹੁਣ ਬਾਬਾ ਬੁੱਢਾ ਜੀ ਨੇ ਜਾ ਕੇ ਸੰਗਤ ਦਾ ਪੱਖ ਦੱਸਣਾ ਸੀ ਵੀ ਸੰਗਤ ਵਿਆਕੁਲ ਹੈ, ਪਰ ਜੇ ਦਰਵਾਜ਼ਾ ਖੋਲ੍ਹ ਕੇ ਅੰਦਰ ਜਾਂਦੇ ਆ ਤਾਂ ਸਾਹਮਣੇ ਗੁਰੂ ਜੀ ਮੱਥੇ ਲੱਗਦੇ ਸੀ, ਅਤੇ ਗੁਰੂ ਦਾ ਹੁਕਮ ਸੀ ਮੱਥੇ ਨਹੀਂ ਲੱਗਣਾ। ਬਾਬਾ ਬੁੱਢਾ ਜੀ ਦੀ ਲਿਆਕਤ ਦੇਖੋ, ਸਿਆਣਪ ਦੇਖੋ, ਕਿ ਉਹ ਦਰਵਾਜ਼ੇ ਰਾਹੀਂ ਅੰਦਰ ਨਹੀਂ ਗਏ, ਅਤੇ ਬਾਬਾ ਜੀ ਦੀ ਜਿੱਧਰ ਗੁਰੂ ਜੀ ਦੀ ਪਿੱਠ ਸੀ, ਪਿਛਲੇ ਪਾਸਿਓਂ ਦਰਵਾਜ਼ਾ ਜਿਹੜੀ ਸੋਰੀ ਜਿਹੜੀ ਕੰਧ ਸੀ ਉਹਦੀਆਂ ਇੱਟਾਂ ਕੱਢ ਕੇ, ਜਿਹਨੂੰ ਕਹਿੰਦੇ ਸੰਨ ਲਾਉਣਾ, ਮੋਹਰਾ ਕੱਢ ਕੇ ਪਿਛਲੇ ਪਾਸਿਓਂ ਦੀ ਅੰਦਰ ਜਾ ਵੜੇ, ਅਤੇ ਹੱਥ ਜੋੜ ਕੇ ਇਸ ਗੁਸਤਾਖੀ ਦੀ ਮਾਫ਼ੀ ਮੰਗਦਿਆਂ ਕਹਿਣ ਲੱਗੇ ਵੀ ਗੁਰੂ ਜੀ ਮਾਫ਼ੀ, ਮੈਂ ਆਪ ਜੀ ਦਾ ਹੁਕਮ ਮੰਨਿਆ, ਮੈਂ ਤੁਹਾਡੇ ਮੱਥੇ ਨਹੀਂ ਲੱਗਿਆ, ਅਤੇ ਮੈਂ ਪਿਛਲੇ ਦਰਵਾਜ਼ੇ ਕੰਧ ਤੋੜ ਕੇ ਅੰਦਰ ਆਇਆ ਵਾਂ, ਕਿਉਂਕਿ ਸੰਗਤ ਬੜੀ ਵਿਆਕੁਲ ਹੈ ਤੁਹਾਡੇ ਦਰਸ਼ਨਾਂ ਲਈ, ਬਹੁਤ ਵਿਆਕੁਲ ਹੈ, ਅਤੇ ਤੁਸੀਂ ਆ ਕੇ ਸੰਗਤ ਨੂੰ ਦਰਸ਼ਨ ਦਿਓ। ਪਰ ਬਾਬਾ ਬੁੱਢਾ ਜੀ ਦੀ ਫਿਰ ਇਸ ਲਿਆਕਤ ਤੋਂ, ਜਿੱਦਾਂ ਗੁਰੂ ਨਾਨਕ ਦੇਵ ਜੀ ਪ੍ਰਭਾਵਿਤ ਹੋਏ ਸੀ ਸੂਝਬੂਝ ਤੋਂ, ਇਵੇਂ ਹੀ ਗੁਰੂ ਅਮਰਦਾਸ ਜੀ ਬੜੇ ਪ੍ਰਭਾਵਿਤ ਹੋਏ, ਅਤੇ ਬਾਬਾ ਬੁੱਢਾ ਜੀ ਦੇ ਨਾਲ ਵਾਪਸ ਤੁਰ ਆਏ, ਅਤੇ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਗਏ। ਫਿਰ ਗੋਇੰਦਵਾਲ ਸਾਹਿਬ ਆ ਕੇ ਰਹਿੰਦਿਆਂ ਫਿਰ ਗੁਰੂ ਅਮਰਦਾਸ ਜੀ ਨੇ ਬੌਲੀ ਬਣਾਉਣ ਦਾ ਫੈਸਲਾ ਕੀਤਾ, ਅਤੇ ਬੌਲੀ ਦਾ ਪਹਿਲਾ ਟੱਕ ਲਾਉਣਾ ਸੀ, ਅਤੇ ਫਿਰ ਸੀ ਵੀ ਕੋਈ ਵੀ ਜਦੋਂ ਅਸੀਂ ਟੱਕ ਲਾਉਂਦੇ ਹਾਂ, ਇਨਾਗੁਰੇਸ਼ਨ ਕਰਦੇ ਹਾਂ, ਉਦਘਾਟਨ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ, ਅਤੇ ਮਹਾਨ ਸ਼ਖਸੀਅਤ ਬੁਲਾਉਂਦੇ ਹਾਂ, ਅਤੇ ਗੁਰੂ ਅਮਰਦਾਸ ਜੀ ਨੂੰ ਵੀ ਇਲਾਕੇ ਦੀ ਮਹਾਨ ਸ਼ਖਸੀਅਤ, ਸ਼ਾਇਦ ਸਭ ਤੋਂ ਵੱਡੀ ਗ੍ਰੇਟ ਪਰਸਨੈਲਿਟੀ ਬਾਬਾ ਬੁੱਢਾ ਜੀ ਹੀ ਨਜ਼ਰ ਆਏ, ਅਤੇ ਇਸ ਬੌਲੀ ਦਾ ਟੱਕ ਬਾਬਾ ਬੁੱਢਾ ਜੀ ਕੋਲੋਂ ਲਗਵਾਇਆ। ਮਤਲਬ 1582 ਈਸਵੀ ਨੂੰ ਬਾਬਾ ਬੁੱਢਾ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬੌਲੀ ਦਾ ਟੱਕ ਆਪਣੇ ਕਰ ਕਮਲਾਂ ਦੇ ਨਾਲ ਲਾਇਆ। ਇਹ ਮਾਣ ਵੀ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਇਆ। ਇੱਥੇ ਇੱਕ ਗੱਲ ਹੋਰ ਮੈਂ ਸਾਂਝੀ ਕਰਨੀ ਚਾਹੁੰਦਾ ਕਿ ਬੌਲੀ ਸਾਹਿਬ ਬਣਾਉਣ ਦਾ ਜਿਹੜਾ ਮਕਸਦ ਸੀਗਾ,
ਕਹਿੰਦੇ ਦੋ ਕਾਰਨ ਸੀ, ਇੱਕ ਤਾਂ ਪਾਣੀ ਦੀ ਲੋੜ ਨੂੰ ਪੂਰਿਆਂ ਕਰਨਾ ਇਹ ਮਕਸਦ ਸੀ, ਉਸ ਵੇਲੇ ਪਾਣੀ ਦੀ ਘਾਟ ਸੀ, ਅਤੇ ਦੂਜਾ ਮਕਸਦ ਸੀਗਾ ਵੀ ਜਾਤ ਪਾਤ ਵਰਨ ਵੰਡ ਦੇ ਵਿੱਚ ਸਮਾਜ ਵੰਡਿਆ ਹੋਇਆ ਸੀ, ਇੱਕ ਅਖਾਣ ਬੜਾ ਪ੍ਰਚਲਿਤ ਸੀ, ਨੌ ਭਾਰਤੀ 12 ਚੁੱਲ੍ਹੇ। ਸੋ ਇਸ ਕਰਕੇ ਇਹ ਸੂਦਰ ਹੈ, ਛੋਟੀ ਜਾਤ ਦਾ ਉਹਨੂੰ ਖੂਹ 'ਤੇ ਨਹੀਂ ਸੀ ਚੜ੍ਹਨ ਦਿੱਤਾ ਜਾਂਦਾ, ਉੱਚੀ ਜਾਤ ਵਾਲੇ ਭ੍ਰਿਸ਼ਟ ਹੋ ਜਾਂਦੇ ਸੀ, ਚੁੱਲ੍ਹੇ ਵੱਖਰੇ ਸੀ, ਖੂਹ ਵੱਖਰੇ ਸੀ, ਇਹ ਸਾਰਾ ਕੁਝ ਵੱਖਰਾ ਸੀ, ਅਤੇ ਇੰਨੀ ਉਹ ਮਤਲਬ ਨੀਚ ਉਹਨਾਂ ਨੂੰ ਮੰਨਿਆ ਜਾਂਦਾ ਸੀ। ਅਤੇ ਗੁਰੂ ਸਾਹਿਬ ਜੀ ਦਾ, ਗੁਰੂ ਨਾਨਕ ਦੇਵ ਜੀ ਦਾ ਜਿਹੜਾ ਹੋਕਾ ਸੀ ਉਹ ਸਾਂਝੀ ਵਾਲਤਾ ਦਾ ਸੀ, ਇੱਕ ਪਿਤਾ ਇੱਕ ਸਿੱਖ ਹਮ ਬਾਰਕ ਇਹ ਵਾਲਾ ਹੋਕਾ ਸੀਗਾ, ਅਤੇ ਇਹ ਸਾਂਝੀ ਵਾਲਤਾ ਦਾ ਇਹ ਨੂੰ ਇਹਨੂੰ ਇੰਪਲੀਮੈਂਟ ਕਰਨ ਦੇ ਲਈ, ਲਾਗੂ ਕਰਨ ਦੇ ਲਈ ਬੋਲੀ ਸਾਹਿਬ ਜਾਂ ਸਰੋਵਰ ਗੁਰੂ ਸਾਹਿਬਾਨ ਨੇ ਬਣਾਏ ਕਿ ਉੱਥੇ ਹਰ ਧਰਮ ਦਾ, ਹਰ ਜਾਤ ਦਾ, ਹਰ ਮਜ਼ਹਬ ਦਾ, ਹਰ ਜੋ ਵਰਨ ਵੰਡ ਹੈ ਉਹ ਆ ਕੇ ਇੱਕੋ ਪਾਣੀ, ਇੱਕੋ ਸਰੋਵਰ, ਇੱਕੋ ਜਲ ਵਿੱਚ ਚੁੱਭੀ ਲਾਉਂਦਾ ਸੀਗਾ, ਉੱਥੇ ਕੋਈ ਭਿੱਟਿਆ ਨਹੀਂ ਸੀ ਜਾਂਦਾ। ਸੋ ਸੰਗਤ ਪੰਗਤ ਦਾ ਸਿਧਾਂਤ ਅਤੇ ਇਹ ਵਾਲਾ ਜਿਹੜਾ ਸਰੋਵਰ ਦਾ ਸੰਕਲਪ ਹੈ ਉਹ ਉਹਦਾ ਇਹੀ ਮਕਸਦ ਸੀਗਾ, ਦੂਜਾ ਇਹੀ ਮਤਲਬ ਮਕਸਦ ਸੀਗਾ। ਅਤੇ ਜਿਹੜੀ ਗੱਲ ਪ੍ਰਚਲਿਤ ਹੋਈ ਹੈ ਕਿ 84 ਪੌੜੀਆਂ ਬਣਾਈਆਂ ਅਤੇ ਉਹ 84 ਪੌੜੀਆਂ 'ਤੇ ਬਹਿ ਕੇ 84 ਪਾਠ ਜਪਜੀ ਸਾਹਿਬ ਦੇ ਕਰ ਲਓਗੇ, 84 ਕੱਟੀ ਜਾਏਗੀ। ਮੈਂ ਬੇਨਤੀ ਕਰਾਂਗਾ ਕਿ ਜੇ ਜਪਜੀ ਸਾਹਿਬ 'ਤੇ ਅਸੀਂ ਰੋਜ਼ ਪੜ੍ਹਨਾ ਅਤੇ ਜੋ ਉਹਦੇ ਵਿੱਚ ਲਿਖਿਆ ਤਾਂ ਕਿ ਸਾਨੂੰ ਦ੍ਰਿੜ ਹੋ ਜਾਵੇ, ਸਾਡੇ ਜੀਵਨ 'ਚ ਆ ਜਾਵੇ, ਸਾਡੇ ਹਿਰਦੇ 'ਚ ਆ ਜਾਵੇ, ਉਹ ਤੁਸੀਂ ਘਰ ਬਹਿ ਕੇ ਪੜ੍ਹ ਲਓ, ਗੁਰੂ ਘਰ ਬਹਿ ਕੇ ਪੜ੍ਹ ਲਓ, ਕਿਤੇ ਬਹਿ ਕੇ ਪੜ੍ਹ ਲਓ, ਪਰ ਇੰਝ ਦੀ ਗੱਲ ਮੈਨੂੰ ਮਾਫ਼ੀ ਦਿਓ ਨਹੀਂ ਹੈ ਵੀ ਤੁਸੀਂ ਉੱਥੇ ਬਹਿ ਕੇ 84 ਪਾਠ ਕਰੋਗੇ 84 ਪੌੜੀਆਂ 'ਤੇ, ਇੱਕ ਤਾਂ 84 ਕੱਟੀ ਜਾਊਗੀ। ਜੇ 84 ਪਾਠ ਕਰਕੇ ਉਹਨੂੰ ਮੰਨੋਗੇ ਨਹੀਂ, ਜ਼ਿੰਦਗੀ 'ਚ ਲਿਆਓਗੇ ਨਹੀਂ, ਲਿਵਿੰਗ 'ਚ ਨਹੀਂ ਆਊਗੀ, ਤਾਂ ਫਿਰ ਹੀ 84 ਕੱਟੀ ਜਾਣੀ। ਮਾਫ਼ ਕਰਿਓ, ਗੁਰੂ ਨਾਨਕ ਦੇਵ ਜੀ ਦੀ ਬਾਣੀ ਰੋਜ਼ ਪੜ੍ਹਦੇ ਹਾਂ, ਕੁਵਾਰੀ ਕਾਇਆ ਜੁਗਤ, ਕਿ ਕਰੈਕਟਰ ਦੀ ਜੁਗਤ ਤੇਰੇ ਕੰਮ ਆਏਗੀ। ਅਤੇ ਫਿਰ 2017 ਦੇ ਵਿੱਚ ਪੰਜਾਬ ਦੇ ਵਿੱਚ 65,000 ਏਡਸ ਦਾ ਪੇਸ਼ੈਂਟ ਰਜਿਸਟਰਡ, ਸੋਰੀ, ਜਿਹੜੇ ਸਿਵਲ ਹਸਪਤਾਲਾਂ ਵਿੱਚ ਪਾਇਆ ਗਿਆ। ਜੇ ਅਨਰਜਿਸਟਰਡ ਪਾ ਲਈਏ, ਜਿਹਨਾਂ ਦੀ ਬਿਮਾਰੀ ਡਾਇਗਨੋਜ਼ ਨਹੀਂ ਹੋ ਪਈ ਅਤੇ ਏਡਸ ਨਾਲ ਮਰ ਗਏ, ਅਤੇ ਜਿਹੜੇ ਦੂਜੇ ਹਸਪਤਾਲਾਂ ਦਾ ਪਾ ਲਈਏ, ਅਤੇ ਅਸੀਂ ਪੰਜਾਬ ਦੇ ਲੋਕ ਏਡਸ ਦੇ ਵੀ ਟਾਈਮ ਬੰਬ 'ਤੇ ਬੈਠੇ ਹੋਏ ਹਾਂ। ਔਰ ਇੰਨੀ ਜ਼ਿਆਦਾ ਗਿਣਤੀ ਇਹਦੀ ਪੰਜਾਬ ਦੇ ਵਿੱਚ, ਔਰ ਸਭ ਤੋਂ ਵੱਧ ਗਿਣਤੀ ਪੰਜਾਬ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ। ਅਤੇ ਫਿਰ ਏਡਸ ਤਾਂ ਪੰਜਾਬ ਦੇ ਵਿੱਚ ਆਉਣੀ ਨਹੀਂ ਚਾਹੀਦੀ। ਜਪਜੀ ਸਾਹਿਬ ਵਿੱਚ ਜੋ ਲਿਖਿਆ, ਜੇ ਉਹਨੂੰ ਮੰਨ ਲਵਾਂਗੇ ਤਾਂ ਜਿਹੜਾ ਹੈ ਉਹ 84 ਸਾਡੀ ਕੱਟੀ ਜਾਊਗੀ, ਨਹੀਂ ਤਾਂ 84 ਦੇ ਗੇੜ 'ਚ ਪਏ ਰਵਾਂਗੇ। ਅਤੇ ਇਹ ਮੰਨ ਲਈਏ, ਸਾਡੇ ਹਿਰਦੇ 'ਚ ਰਹੇ, ਸਾਨੂੰ ਭੁੱਲੇ ਨਾ, ਸਾਨੂੰ ਦ੍ਰਿੜ ਹੋ ਜਾਏ। ਇਸ ਕਰਕੇ ਅਸੀਂ ਰੋਜ਼, ਸਾਨੂੰ ਨਿਤਨੇਮ 'ਚ ਜਪਜੀ ਸਾਹਿਬ ਦੀ ਬਾਣੀ ਪੜ੍ਹਨ ਦਾ ਹੁਕਮ ਹੈ, ਰੋਜ਼ ਪੜ੍ਹਨੀ ਹੈ, ਕਿਤੇ ਵੀ ਬੈਠ ਕੇ ਪੜ੍ਹ ਲਓ। ਮਾਫ਼ੀ, ਆਓ ਆਪਾਂ ਅੱਗੇ ਚੱਲੀਏ। ਜਦੋਂ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਲਈ, ਇਹ ਸਿੱਖ ਜਥੇਬੰਦੀ ਨੂੰ ਹੋਰ ਔਰਗਨਾਈਜ਼ ਜਥੇਬੰਦ ਕਰਨ ਦੇ ਲਈ ਇੱਕ ਢਾਂਚਾ ਬਣਾਇਆ, ਇੱਕ ਸਿਸਟਮ ਬਣਾਇਆ, ਔਰਗਨਾਈਜੇਸ਼ਨਲ ਸਿਸਟਮ ਜਿਹੜਾ ਬਣਾਇਆ, ਜਿਹਦੇ 'ਚ ਮੰਜੀਆਂ ਦੀ ਸਥਾਪਨਾ ਕੀਤੀ ਅਤੇ ਪੀੜ੍ਹੀਆਂ ਦੀ ਸਥਾਪਨਾ ਕੀਤੀ। 22 ਮੰਜੀਆਂ ਅਤੇ 52 ਪੀੜ੍ਹੇ। ਮੰਜੀਆਂ ਦਾ ਮਤਲਬ 22 ਪ੍ਰਚਾਰ ਦੇ ਸੈਂਟਰ ਸਥਾਪਿਤ ਕੀਤੇ, ਅਤੇ 52 ਪੀੜ੍ਹੇ ਮਤਲਬ 52 ਪ੍ਰਚਾਰ ਦੇ, ਉਹਨਾਂ ਬਾਹੀਆਂ ਦੇ ਅੰਡਰ 52 ਸਬ ਸੈਂਟਰ ਪ੍ਰਚਾਰ ਦੇ ਉਹ ਸਥਾਪਿਤ ਕੀਤੇ, ਤਾਂ ਕਿ ਹਰ ਇਲਾਕੇ 'ਚ ਇਹ ਸਿੱਖੀ ਵਿਚਾਰਧਾਰਾ, ਗੁਰੂ ਨਾਨਕ ਦੀ ਵਿਚਾਰਧਾਰਾ ਦਾ ਪ੍ਰਚਾਰ ਹੋ ਸਕੇ। ਸੋ ਕਮਾਲ, ਇੱਕ ਜਥੇਬੰਦਕ ਇਹ ਸੁਭਾਅ ਜਿਹੜਾ ਹੈ ਗੁਰੂ ਅਮਰਦਾਸ ਜੀ ਦਾ ਉੱਭਰ ਕੇ ਸਾਹਮਣੇ ਆਉਂਦਾ। ਇੱਥੇ ਜਿਹੜੀ ਬਾਬਾ ਬੁੱਢਾ ਜੀ ਦੀ ਗੱਲ ਕਰਨ ਵਾਲੀ ਹੈ ਕਿ ਇਹ ਮੰਜੀ ਪ੍ਰਥਾ ਦੇ ਮੁਖੀ ਬਾਬਾ ਬੁੱਢਾ ਜੀ ਨੂੰ ਹੀ ਥਾਪਿਆ ਗਿਆ, ਉਹਨਾਂ ਨੂੰ ਇਸ ਯੋਗ ਸਮਝਿਆ ਗਿਆ ਕਿ ਉਹ ਚੀਫ ਬਣ ਕੇ ਇਸ ਪ੍ਰਚਾਰ ਦੀ ਅਗਵਾਈ ਕਰਨ। ਉਹਨਾਂ ਦੇ ਅੰਡਰ 22 ਸੈਂਟਰ ਮੰਜੀਆਂ, 52 ਪੀੜ੍ਹੇ ਸਬ ਸੈਂਟਰ ਪ੍ਰਚਾਰ ਦੇ, ਅਤੇ ਉਹ ਜਿਹੜੇ 52 ਪੀੜ੍ਹੇ ਸੀ ਉਹਨਾਂ ਦੇ ਜਿਹੜੇ ਇੰਚਾਰਜ ਸੀ, ਉਹਨਾਂ ਵਿੱਚੋਂ 3 ਬੀਬੀਆਂ ਨੂੰ ਵੀ ਇੰਚਾਰਜ ਬਣਾ ਕੇ ਉਸ ਵੇਲੇ ਔਰਤ ਨੂੰ ਵੀ ਪ੍ਰਤੀਨਿਧਤਾ ਜਿਹੜੀ ਹੈ ਉਹ ਦਿੱਤੀ, ਉਹਦਾ ਵੀ ਮਾਣ ਜਿਹੜਾ ਹੈ ਉਹ ਗੁਰੂ ਅਮਰਦਾਸ ਜੀ ਨੇ ਰੱਖਿਆ। ਫਿਰ ਗੁਰੂ ਅਮਰਦਾਸ ਜੀ ਜਦੋਂ ਜੋਤੀ ਜੋਤ ਸਮਾਏ ਅਤੇ ਉਹਨਾਂ ਦੀਆਂ ਅੰਤਿਮ ਰਸਮਾਂ ਅਦਾ ਕਰਨ ਦਾ ਜਿਹੜਾ ਬਾਬਾ ਬੁੱਢਾ ਜੀ ਦੇ ਹਿੱਸੇ ਆਇਆ, ਉਹਨਾਂ ਨੇ ਆਪਣੇ ਕਰਮਾਂ ਦੇ ਨਾਲ, ਕਰ ਕਮਲਾਂ ਦੇ ਨਾਲ ਅੰਤਿਮ ਰਸਮਾਂ ਗੁਰੂ ਅਮਰਦਾਸ ਜੀ ਦੀਆਂ ਅਦਾ ਕੀਤੀਆਂ। ਅੱਛਾ, ਅਕਬਰ ਬਾਦਸ਼ਾਹ ਪਹਿਲੀ ਵਾਰੀ ਜਦੋਂ ਗੁਰੂ ਦਰਸ਼ਨਾਂ ਲਈ ਗੁਰੂ ਦਰਬਾਰ ਵਿੱਚ ਹਾਜ਼ਰ ਹੋਇਆ, ਹੁਣ ਅਕਬਰ ਬਾਦਸ਼ਾਹ ਨੂੰ ਨਹੀਂ ਪਤਾ ਕਿ ਸਾਡੀ ਸਿੱਖਾਂ ਦੀ ਮਰਿਆਦਾ ਕੀ ਹੈ।
ਸਾਡੇ ਗੁਰੂ ਦਾ ਗੁਰੂ ਦੀ ਦਾ ਹੁਕਮ ਕੀ ਹੈ, ਕਿਉਂਕਿ ਗੁਰੂ ਦਾ ਹੁਕਮ ਸੀ ਪਹਿਲੇ ਪੰਗਤ ਪਾਛੇ ਸੰਗਤ। ਪੰਗਤ ਮਤਲਬ ਜਿਹੜਾ ਬੰਦਾ ਮੇਰੇ ਦਰਸ਼ਨ ਕਰਨ ਆਵੇ, ਜੇ ਉਹ ਬਹੁਤ ਗ੍ਰੇਟ ਬੰਦਾ ਵੀ ਹੈ, ਮਤਲਬ ਗ੍ਰੇਟ ਮਤਲਬ ਕੋਈ ਉੱਚ ਅਹੁਦੇ 'ਤੇ ਬੰਦਾ ਵੀ ਹੈ, ਅਤੇ ਉਹ ਕਈ ਵਾਰ ਉੱਚਾ ਬੰਦਾ ਨੀਵੇਂ ਨੂੰ ਹੋਰ ਨੀਵਾਂ ਸਮਝਦਾ, ਕਿ ਉਹ ਜਿਹੜਾ ਬਰਾਬਰਤਾ ਦਾ ਕੰਸੈਪਟ ਸੀ ਵੀ ਪਹਿਲਾਂ ਉਹ ਪੰਗਤ ਦੇ ਵਿੱਚ ਬੈਠ ਕੇ ਲੰਗਰ ਸਕੇ, ਤਾਂ ਕਿ ਉਹ ਬਰਾਬਰਤਾ ਵਾਲਾ ਜਿਹੜਾ ਸੰਕਲਪ ਆ ਉਹ ਦ੍ਰਿੜ ਹੋਵੇ, ਅਤੇ ਉਹ ਉਸ ਬਰਾਬਰਤਾ ਦੇ ਸਿਧਾਂਤ ਵਿੱਚ ਆਵੇ ਉਸ ਮਕਸਦ ਦੇ ਲਈ। ਅਤੇ ਇਹ ਮਰਿਆਦਾ ਅਕਬਰ ਬਾਦਸ਼ਾਹ ਨੂੰ ਨਹੀਂ ਪਤਾ ਸੀ। ਅਤੇ ਸਾਧ ਸੰਗਤ ਜੀ ਬੱਚਿਓ, ਅਕਬਰ ਬਾਦਸ਼ਾਹ ਨੂੰ ਇਹ ਮਰਿਆਦਾ ਕਿਹਨੇ ਸਮਝਾਈ? ਬਾਬਾ ਬੁੱਢਾ ਜੀ ਨੇ। ਐਡੇ ਗੁਣੀ ਸਨ ਬਾਬਾ ਬੁੱਢਾ ਜੀ, ਉਹਨਾਂ ਨੇ ਬਾਦਸ਼ਾਹ ਨੂੰ ਨਿਰਮਲ ਪੰਥ ਦੀ ਨਿਰਮਲਤਾ ਅਤੇ ਮਰਿਆਦਾ ਤੋਂ ਜਾਣੂ ਕਰਵਾਇਆ। ਫਿਰ ਗੁਰੂ ਫਿਰ ਅਕਬਰ ਬਾਦਸ਼ਾਹ ਨੇ ਪਹਿਲੇ ਪੰਗਤ 'ਚ ਬੈਠ ਕੇ ਲੰਗਰ ਛਕਿਆ, ਅਤੇ ਫਿਰ ਬਾਅਦ ਵਿੱਚ ਗੁਰੂ ਜੀ ਦੇ ਦਰਸ਼ਨ ਕੀਤੇ। ਜਦੋਂ ਲੰਗਰ ਛਕਣ ਤੋਂ ਬਾਅਦ ਜਿਹੜੀ ਵਾਪਸ ਜਾ ਕੇ ਜਿਹੜੀ ਸਟੇਟਮੈਂਟ ਦਿੱਤੀ ਸੀ ਅਕਬਰ ਬਾਦਸ਼ਾਹ ਨੇ, ਉਹਨੇ ਗੱਲ ਕਹੀ ਸੀ ਕਿ ਜਿਹੜਾ ਆਨੰਦ ਮੈਨੂੰ ਉੱਥੇ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦਾ ਆਇਆ, ਉਹ ਆਨੰਦ ਮੈਨੂੰ ਕਦੀ ਸਾਹੀ ਮਹਿਲਾਂ ਵਿੱਚ ਜਿਹੜੇ ਵਧੀਆ ਵਧੀਆ ਡਾਇਨਿੰਗ ਟੇਬਲਾਂ 'ਤੇ ਵਧੀਆ ਵਧੀਆ ਜਿਹੜੇ ਇਹ ਖਾਣੇ ਨੇ, ਭੋਜਨ ਪਰੋਸੇ ਜਾਂਦੇ ਨੇ, ਉਹਨਾਂ ਵਿੱਚੋਂ ਨਹੀਂ ਆਇਆ। ਜੋ ਆਨੰਦ ਮੈਨੂੰ ਉਸ ਗੁਰੂ ਦਰਬਾਰ ਦੇ ਪੰਗਤ ਵਿੱਚ ਬੈਠ ਕੇ ਸਾਰਿਆਂ ਦੇ ਬਰਾਬਰ ਬੈਠ ਕੇ ਲੰਗਰ ਛੱਕ ਕੇ ਆਇਆ। ਸੋ ਇਹ ਅਕਬਰ ਬਾਦਸ਼ਾਹ ਦੀ ਸਟੇਟਮੈਂਟ ਸੀ। ਅੱਛਾ, ਜਦੋਂ ਗੁਰੂ ਰਾਮਦਾਸ ਜੀ ਗੁਰੂ ਬਣੇ, ਅਤੇ ਜਦੋਂ ਦਰਬਾਰ ਸਾਹਿਬ ਜੋ ਅੰਮ੍ਰਿਤ ਸਰੋਵਰ ਹੈ ਜਦੋਂ ਉਹਨੂੰ ਬਣਾਉਣਾ ਸੀ, ਅਤੇ ਉਹਦਾ ਵੀ ਪਹਿਲਾ ਟੱਕ ਬਾਬਾ ਬੁੱਢਾ ਜੀ ਦੇ ਕਰ ਕਮਲਾਂ ਦੇ ਨਾਲ ਹੀ ਗੁਰੂ ਸਾਹਿਬ ਨੇ ਲਗਵਾਇਆ। ਬਾਬਾ ਬੁੱਢਾ ਜੀ ਨੂੰ ਇਸ ਮਹਾਨ ਸੇਵਾ ਦਾ ਮੁੱਖ ਸੇਵਾਦਾਰ ਨਿਯੁਕਤ ਕਰ ਦਿੱਤਾ। ਜਿਸ ਸਥਾਨ 'ਤੇ ਬੈਠ ਕੇ ਬਾਬਾ ਜੀ ਪਾਵਨ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸਨ, ਉਹ ਥਾਂ ਸ੍ਰੀ ਦਰਬਾਰ ਸਾਹਿਬ 'ਚ ਬੇਰ ਬਾਬਾ ਬੁੱਢਾ ਜੀ ਦੀ ਇਤਿਹਾਸਕ ਯਾਦ ਵਜੋਂ ਅੱਜ ਵੀ ਸੁਸ਼ੋਭਿਤ ਹੈ। ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਘੰਟਾ ਘਰ ਵਾਲੇ ਪਾਸਿਓਂ, ਸਾਹਮਣੇ ਬੇਰ ਬਾਬਾ ਬੁੱਢਾ ਜੀ ਦਾ ਦਰਖਤ ਹੈ, ਉੱਥੇ ਥੜਾ ਵੀ ਬਣਿਆ ਹੋਇਆ। ਉਹ ਥਾਂ 'ਤੇ ਸੁਸ਼ੋਭਿਤ ਹੋ ਕੇ ਬਾਬਾ ਬੁੱਢਾ ਜੀ ਸਾਰੀ ਜੋ ਸੇਵਾ ਚੱਲਦੀ ਸੀ ਸਰੋਵਰ ਦੀ, ਉਹਦੀ ਸੁਪਰਵੀਜ਼ਨ ਕਹਿ ਲਓ, ਉਹ ਸਾਰੇ ਕਾਰਜਾਂ ਨੂੰ ਆਪਣੀ ਨਿਗਰਾਨੀ 'ਚ ਕਰਾਉਂਦੇ ਸੀ, ਉਹਨਾਂ ਨੂੰ ਦੇਖਦੇ ਸੀ। ਸੋ ਇੰਨਾ ਮਾਣ ਬਾਬਾ ਬੁੱਢਾ ਜੀ ਨੂੰ ਮਿਲਿਆ ਉਹਨਾਂ ਦੀ ਲਿਆਕਤ ਕਰਕੇ, ਉਹਨਾਂ ਦੀਆਂ ਸਕਿੱਲਸ ਕਰਕੇ, ਉਹਨਾਂ ਦਾ ਗੁਰਬਾਣੀ ਨਾਲ ਜੁੜਨ ਕਰਕੇ, ਉਹਨਾਂ ਦੀ ਸੇਵਾ ਭਾਵਨਾ ਕਰਕੇ। ਸੋ ਜਿਹੜਾ ਵੀ ਵਿਅਕਤੀ ਇੱਦਾਂ ਦਾ ਸਮਰਪਣ, ਇੱਦਾਂ ਦੇ ਗੁਣ, ਇੱਦਾਂ ਦੀ ਲਿਆਕਤ ਆਪਣੇ ਅੰਦਰ ਲਿਆਉਣ ਲਈ ਯਤਨਸ਼ੀਲ ਹੋਵੇਗਾ, ਉਹਨੂੰ ਵੀ ਉਹਦਾ ਬਣਦਾ ਮਾਣ ਤਾਣ ਜਿਹੜਾ ਉਹ ਮਿਲਦਾ ਰਹੇਗਾ। ਵਾਹਿਗੁਰੂ ਜੀ ਦਵਾਉਂਦੇ ਰਹਿਣਗੇ। ਫਿਰ ਗੁਰੂ ਅਰਜਨ ਦੇਵ ਜੀ ਜਦੋਂ ਗੁਰੂ ਬਣੇ, ਅਤੇ ਉਦੋਂ ਉਹਨਾਂ ਨੇ ਹਰਿਮੰਦਰ ਸਾਹਿਬ ਜਿੱਥੋਂ ਅਸੀਂ ਲਾਈਵ ਕੀਰਤਨ ਸੁਣਦੇ ਹਾਂ, ਉਹਦਾ ਨੀਂਹ ਪੱਥਰ ਜਿੱਥੇ ਸਾਈਂ ਮੀਆਂ ਮੀਰ ਮੁਸਲਮਾਨ ਪਾਸੋਂ ਰਖਵਾਇਆ, ਉੱਥੇ ਹਰਿਮੰਦਰ ਸਾਹਿਬ ਦੀ ਓਵਰਆਲ ਸਮੁੱਚੀ ਉਸਾਰੀ ਦੇ ਕੰਮਾਂ ਦਾ ਪ੍ਰਬੰਧ ਜਿਹੜਾ ਸੀ ਉਹ ਬਾਬਾ ਬੁੱਢਾ ਜੀ ਨੂੰ ਸੌਂਪਿਆ। ਉਹਨਾਂ ਨੇ ਵੀ ਬਾਬਾ ਬੁੱਢਾ ਜੀ ਨੂੰ ਹੀ ਇਸ ਯੋਗ ਸਮਝਿਆ। ਅੱਛਾ, ਫਿਰ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਦਾ ਵੱਡਾ ਭਰਾ ਸੀ, ਉਹ ਵੀ ਦਾਤੂ ਵਾਂਗ ਥੋੜ੍ਹਾ ਹੰਕਾਰੀ ਬਿਰਤੀ ਅਤੇ ਚਲਾਕ ਸੀ। ਉਹ ਚਾਹੁੰਦਾ ਸੀ ਕਿ ਉਹ ਗੁਰਗੱਦੀ ਮੇਰੇ ਕੋਲ ਆ ਜਾਵੇ। ਉਹਨੇ ਲੜਾਈ ਵੀ ਕੀਤੀ, ਪੱਗ ਗੱਦੀ ਵਾਲੀ ਪੱਗ ਹੋਣ ਦਾ ਵੀ ਯਤਨ ਕੀਤਾ, ਪਰ ਉਹ ਕਾਮਯਾਬ ਨਹੀਂ ਹੋਇਆ। ਅਤੇ ਗੁਰੂ ਵੀ ਇਸੇ ਕਰਕੇ ਨਹੀਂ ਬਣਿਆ ਕਿ ਉਹਦੀ ਬਿਰਤੀ ਜਿਹੜੀ ਗੁਰੂ ਸੁਭਾਅ ਵਾਲੀ ਨਹੀਂ ਸੀ, ਉਹਦੇ 'ਚੋਂ ਜੋਤ ਪ੍ਰਗਟ ਨਹੀਂ ਹੋ ਪਾਈ ਜਿਹੜੀ ਜੋਤ ਅੱਗੇ ਚੱਲਣੀ ਸੀ। ਤੋ ਵੱਡਾ ਹੁੰਦਿਆਂ ਵੀ ਗੁਰਗੱਦੀ ਤੋਂ ਵਾਂਝਾ ਰਹਿ ਗਿਆ, ਕਿਉਂਕਿ ਗੱਦੀ ਲਾਇਕ ਨੂੰ। ਅਤੇ ਗੁਰੂ ਅਰਜਨ ਦੇਵ ਜੀ ਜਦੋਂ ਗੁਰੂ ਬਣ ਗਏ, ਅਤੇ ਪ੍ਰਿਥੀ ਚੰਦ ਨੇ ਬੜੇ ਗੁਰੂ ਜੀ ਦਾ ਪੱਖ ਡਾਉਣ ਕਰਨ ਲਈ ਬੜੇ ਗਲਤ ਤਰੀਕੇ ਵਰਤੇ। ਉਹਨਾਂ ਨੇ ਉੱਥੇ ਸੰਗਤਾਂ ਨੂੰ ਵੀ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ, ਅਤੇ ਸੰਗਤਾਂ ਉੱਥੇ ਰੁਕ ਜਾਂਦੀਆਂ ਸੀ ਜਿੱਥੇ ਇਹ ਪਹਿਲਾਂ ਹੀ ਰਸਤੇ ਵਿੱਚ ਇਹ ਆਪਣਾ ਦਰਬਾਰ ਲਾ ਕੇ ਬੈਠ ਜਾਂਦਾ ਸੀ ਪ੍ਰਿਥੀ ਚੰਦ, ਅਤੇ ਇਸ ਕਰਕੇ ਰਾਸ਼ਨ ਪਾਣੀ ਵੀ ਉੱਥੇ ਰੁਕ ਜਾਂਦਾ ਸੀ, ਅੱਗੇ ਤੱਕ ਪਹੁੰਚਦਾ ਨਹੀਂ ਸੀ, ਅਤੇ ਲੰਗਰ ਮਸਤਾਨਾ ਹੋਣ ਲੱਗ ਪਿਆ। ਅਤੇ ਇਹ ਗੱਲ ਦਾ ਪਤਾ ਜਦੋਂ ਬਾਬਾ ਬੁੱਢਾ ਜੀ ਨੂੰ ਲੱਗਿਆ, ਫਿਰ ਉਹਨਾਂ ਦੀ ਲਿਆਕਤ ਦੇਖੋ, ਇਸ ਕ੍ਰਾਈਸਿਸ ਵਿੱਚੋਂ ਵੀ
ਕੱਢਣ ਦੀ ਵਿਉਂਤ ਬਾਬਾ ਬੁੱਢਾ ਜੀ ਨੇ ਬਣਾਈ। ਬਾਬਾ ਬੁੱਢਾ ਜੀ ਨੇ ਭਾਈ ਗੁਰਦਾਸ ਜੀ ਨੂੰ ਨਾਲ ਲਿਆ ਅਤੇ ਉੱਥੇ ਜਿੱਥੇ ਸੰਗਤਾਂ ਆ ਕੇ ਰੁਕ ਜਾਂਦੀਆਂ ਸੀ, ਰਾਸ਼ਨ ਢੇਰੀ ਕਰ ਦਿੰਦੀਆਂ ਸੀ, ਜੋ ਰਸਦਾਂ ਲੈ ਕੇ ਆਉਂਦੀਆਂ ਸੀ, ਉੱਥੇ ਖੜ ਕੇ ਫਿਰ ਸੰਗਤਾਂ ਨੂੰ ਸੁਚੇਤ ਕੀਤਾ, ਸਮਝਾਇਆ ਸੱਚ ਕੀ ਆ, ਅਸਲ ਕੀ ਆ, ਇਹ ਕੌਣ ਨੇ, ਗੁਰੂ ਕਿੱਥੇ ਆ ਅਤੇ ਰਾਸ਼ਨ ਕਿੱਥੇ ਪਹੁੰਚਣਾ ਚਾਹੀਦਾ। ਫਿਰ ਸੰਗਤ ਗੁਰੂ ਦਰਬਾਰ 'ਚ ਅੱਗੇ ਪਹੁੰਚਣ ਲੱਗੀ, ਉਸ ਸਰਾਰਤ ਤੋਂ ਸੁਚੇਤ ਹੋ ਗਈ ਬਾਬਾ ਬੁੱਢਾ ਜੀ ਦੀ ਲਿਆਕਤ ਦੀ ਬਦੌਲਤ, ਅਤੇ ਰਸਦ ਵੀ ਅੱਗੇ ਪਹੁੰਚਣ ਲੱਗ ਪਈ। ਅਤੇ ਫਿਰ ਬਾਬਾ ਬੁੱਢਾ ਜੀ ਦੀ ਕਹਿ ਲਓ ਲਿਆਕਤ ਕਰਕੇ ਫਿਰ ਗੁਰੂ ਕਾ ਲੰਗਰ ਜਿਹੜਾ ਉਹ ਮਸਤਾਨਾ ਹੋ ਗਿਆ ਸੀ, ਦੁਬਾਰਾ ਚੜ੍ਹਦੀ ਕਲਾ ਦੇ ਵਿੱਚ ਆ ਗਿਆ। ਫਿਰ ਗੁਰੂ ਅਰਜਨ ਦੇਵ ਜੀ ਨੇ ਜੋ ਆਦਿ ਗ੍ਰੰਥ ਸੀ, ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਉਹਨਾਂ ਦੀ ਐਡੀਟਿੰਗ ਕੀਤੀ, ਸੰਪਾਦਨਾ ਕੀਤੀ, ਭਾਈ ਗੁਰਦਾਸ ਜੀ ਕੋਲੋਂ ਲਿਖਵਾਇਆ ਅਤੇ ਫਿਰ ਅੰਮ੍ਰਿਤਸਰ ਰਾਮਸਰ ਸਰੋਵਰ ਦੇ ਕੰਢੇ 'ਤੇ ਤੰਬੂ ਲਾ ਕੇ ਉਹਦੇ ਥੱਲੇ ਬੈਠ ਕੇ ਲਿਖਵਾਇਆ। ਭਾਈ ਬੰਨੋ ਨੇ ਇਹਦੀ ਬੀੜ ਬੰਨੀ, ਮਤਲਬ ਬਾਈਂਡਿੰਗ ਕੀਤੀ, ਅਤੇ ਜਦੋਂ ਇਹ ਗ੍ਰੰਥ ਸਾਹਿਬ ਤਿਆਰ ਹੋ ਗਏ, ਆਦਿ ਗ੍ਰੰਥ ਜੋ ਪਹਿਲਾਂ ਕਿਹਾ ਜਾਂਦਾ ਸੀ, ਅਤੇ ਇਹਦਾ ਪਹਿਲਾ ਪ੍ਰਕਾਸ਼ ਜਿਹੜਾ ਹੈ ਉਹ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਜਿੱਥੋਂ ਅਸੀਂ ਲਾਈਵ ਕੀਰਤਨ ਸੁਣਦੇ ਹਾਂ, ਉੱਥੇ ਕੀਤਾ ਗਿਆ। ਔਰ ਸਾਧ ਸੰਗਤ ਜੀ ਔਰ ਪਿਆਰੇ ਬੱਚਿਓ, ਤੁਸੀਂ ਇਹ ਦੇਖੋ ਕਿ ਉੱਥੋਂ ਦੇ ਪਹਿਲੇ ਹੈੱਡ ਗ੍ਰੰਥੀ, ਗੁਰੂ ਗ੍ਰੰਥ ਉਸ ਗ੍ਰੰਥ ਦੀ ਸੇਵਾਦਾਰ ਪਹਿਲੇ ਹੈੱਡ ਗ੍ਰੰਥੀ ਲਾਉਣਾ ਸੀ, ਚੁਣਨਾ ਸੀ, ਸੇਵਾ ਸੌਂਪਣੀ ਸੀ, ਅਤੇ ਗੁਰੂ ਅਰਜਨ ਦੇਵ ਜੀ ਨੇ ਕਿਹਨੂੰ ਇਸ ਯੋਗ ਸਮਝਿਆ? ਬਾਬਾ ਬੁੱਢਾ ਜੀ ਨੂੰ। ਸੋ ਬਾਬਾ ਬੁੱਢਾ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਣੇ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਅਤੇ ਉਹਨਾਂ ਦੇ ਗੁਰੂ ਬਣਨ ਤੋਂ ਪਹਿਲਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਾਤ ਲੋਕ 'ਚ ਪ੍ਰਵੇਸ਼ ਕੀਤੇ ਵੱਡੇ ਹੋਏ, ਅਤੇ ਉਹਨਾਂ ਨੂੰ ਹਰ ਖੇਤਰ ਵਿੱਚ ਪ੍ਰਵੀਨ ਬਣਾਉਣ ਲਈ, ਨਿਪੁੰਨ ਬਣਾਉਣ ਦੇ ਲਈ, ਸਫਲ ਬਣਾਉਣ ਦੇ ਲਈ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਦੀਆਂ ਸੇਵਾਵਾਂ ਹੀ ਲਾਈਆਂ। ਇਹੀ ਇਹਨਾਂ ਨੂੰ ਹਰ ਖੇਤਰ 'ਚ ਪ੍ਰਵੀਨ ਬਣਾ ਸਕਦੇ ਨੇ। ਇੰਨੀਆਂ ਲਿਆਕਤਾਂ ਸੀ, ਇੰਨੀਆਂ ਸਕਿੱਲਸ ਸੀ ਬਾਬਾ ਬੁੱਢਾ ਜੀ ਦੇ ਵਿੱਚ। ਜਦੋਂ ਗੁਰਿਆਈ ਦੀ ਰਸਮ ਅਦਾ ਕੀਤੀ ਅਤੇ ਮੀਰੀ ਪੀਰੀ ਦੀਆਂ ਜਿਹੜੀਆਂ ਤਲਵਾਰਾਂ ਸੀ, ਕਿਰਪਾਨਾਂ ਸੀ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹ ਪਹਿਨਣ ਦਾ ਵੀ ਜਿਹੜਾ ਮਾਣ ਹੈ ਉਹ ਬਾਬਾ ਬੁੱਢਾ ਜੀ ਨੂੰ ਹਾਸਲ ਹੋਇਆ, ਅਤੇ ਬਾਬਾ ਬੁੱਢਾ ਜੀ ਨੇ ਛੇਵੇਂ ਗੁਰੂ ਦੀ ਗੁਰਿਆਈ ਦੀ ਰਸਮ ਅਦਾ ਕਰਦਿਆਂ ਮੀਰੀ ਅਤੇ ਪੀਰੀ ਦੀਆਂ ਕਿਰਪਾਨਾਂ ਪੈਂਦੀਆਂ। ਅੱਜ ਮੀਰੀ ਪੀਰੀ ਦਿਵਸ ਵੀ ਹੈ ਅਤੇ ਇਹਦੇ ਉੱਤੇ ਇੱਕ ਵੱਖਰਾ ਮੈਂ ਜਿਹੜੀ ਹੈ ਵਨ ਫੋਟੋ ਵੀਡੀਓ ਉਹ ਯੂਟਿਊਬ, ਫੇਸਬੁੱਕ ਅਤੇ ਆਪਣੇ ਗਰੁੱਪਸ ਦੇ ਵਿੱਚ ਵੀਰਾਂ ਭੈਣਾਂ ਨੂੰ ਭੇਜ ਚੁੱਕਾ ਹਾਂ, ਅਤੇ ਉਹਦੇ ਨਾਲ ਜੁੜਦਾ ਇਹ ਦੂਜਾ ਅੱਜ ਬਾਬਾ ਬੁੱਢਾ ਜੀ ਦੇ ਜੀਵਨ ਦੇ ਉੱਤੇ ਮੈਂ ਵਿਚਾਰ ਸਾਂਝੇ ਕਰਨ ਦਾ ਆਪਣੇ ਯਤਨ ਜਿਹੜਾ ਹੈ ਉਹ ਕਰ ਰਿਹਾ ਹਾਂ, ਤਾਂ ਕਿ ਸੰਗਤ ਤਾਂ ਜਗਿਆਸੂ ਹੁੰਦੀ ਆ, ਜਾਣਦੀ ਆ ਸਾਰਾ ਇਤਿਹਾਸ, ਪਰ ਇਸ ਤਰ੍ਹਾਂ ਅੱਜ ਕੱਲ੍ਹ ਜ਼ਮਾਨਾ ਜਿਹੜਾ ਹੈ ਟੈਕਨੋਲੋਜੀ ਦਾ, ਅਤੇ ਬੱਚੇ ਸਾਡੇ ਜਿਹੜੇ ਨੇ ਉਹ ਇੱਦਾਂ ਦੀਆਂ ਆਡੀਓ ਵੀਡੀਓ ਸੁਣ ਕੇ ਅਤੇ ਆਪਣੇ ਇਤਿਹਾਸ ਤੋਂ ਜਾਣੂ ਹੋ ਕੇ ਉੱਥੇ ਪ੍ਰਾਊਡ ਕਰਦੇ ਨੇ। ਅਤੇ ਮੀਰੀ ਪੀਰੀ ਦੀਆਂ ਕਿਰਪਾਨਾਂ ਬਾਬਾ ਬੁੱਢਾ ਜੀ ਨੇ ਪਹਿਨੀਆਂ, ਇੱਕ ਭਗਤੀ ਦੀ, ਇੱਕ ਸ਼ਕਤੀ ਦੀ, ਇਹਦੀ ਵਿਸਤਾਰਤ ਗੱਲ ਪਹਿਲਾਂ ਹੋ ਚੁੱਕੀ ਹੈ। ਇੱਥੇ ਥੋੜ੍ਹੀ ਜਿਹੀ ਗੱਲ ਮੈਂ ਭਗਤੀ ਅਤੇ ਸ਼ਕਤੀ ਦੀ ਹੋਰ ਕਰਨਾ ਚਾਹਾਂਗਾ। ਜਿਹਦੇ ਕੋਲ ਇਕੱਲੀ ਤਾਕਤ ਹੈ ਉਹ ਹਮੇਸ਼ਾ ਜ਼ੁਲਮ ਕਰਦਾ ਹੈ। ਭਗਤੀ ਅਤੇ ਸ਼ਕਤੀ ਦੋਨਾਂ ਦਾ ਸੁਮੇਲ ਦੇ ਨਾਲ ਹੀ ਕੋਈ ਵਿਅਕਤੀ, ਆਦਰਸ਼ਕ ਵਿਅਕਤੀ, ਕੋਈ ਆਈਡੀਅਲ ਪਰਸਨ ਬਣ ਸਕਦਾ, ਇਕੱਲੀ ਤਾਕਤ ਦੇ ਨਾਲ ਨਹੀਂ। ਕਿਉਂਕਿ ਜਿਹਦੇ ਕੋਲ ਇਕੱਲੀ ਤਾਕਤ ਹੈ ਉਹ ਜ਼ੁਲਮ ਕਰਦਾ। ਤੁਸੀਂ ਤਾਕਤ ਵਾਲਿਆਂ ਦਾ ਇਤਿਹਾਸ ਪੜ੍ਹ ਲਓ, ਔਰੰਗਜ਼ੇਬ ਕੋਲ ਤਾਕਤ ਸੀ, ਉਹਨੇ ਕੀ ਕੀਤਾ, ਔਰ ਸੂਬਾ ਸਰਹੰਦ ਕੋਲ ਤਾਕਤ ਸੀ, ਉਹਨੇ ਛੋਟੇ ਸਾਹਿਬਜ਼ਾਦਿਆਂ 'ਤੇ ਕਿੱਦਾਂ ਦਾ ਕਹਿਰ ਅਤੇ ਵੱਡੇ ਸਾਹਿਬਜ਼ਾਦਿਆਂ 'ਤੇ ਕਿੱਦਾਂ ਦਾ ਕਹਿਰ ਕਮਾਇਆ। ਤਾਕਤ ਅਹਿਮਦ ਸ਼ਾਹ ਅਬਦਾਲੀ ਕੋਲ ਵੀ ਸੀ, ਉਹ ਹਿੰਦੁਸਤਾਨੀ ਮੁਟਿਆਰਾਂ ਨੂੰ ਚੱਕ ਕੇ ਆਪਣੇ ਦੇਸ਼ ਵਿੱਚ ਲਿਜਾ ਕੇ ਉੱਥੇ ਮੰਡੀ 'ਚ ਡੰਗਰਾਂ ਵਾਂਗ ਨਿਲਾਮ ਕਰਦਾ ਰਿਹਾ, ਹਿੰਦੁਸਤਾਨ ਦੀ ਇੱਜ਼ਤ ਨੂੰ ਉੱਥੇ ਵੇਚਦਾ ਰਿਹਾ। ਸੋ ਜਿਹਨਾਂ ਕੋਲ ਭਗਤੀ ਅਤੇ ਸ਼ਕਤੀ ਸੀ ਉਹਨਾਂ ਨੇ ਇੱਕ ਦੀ ਘਰਵਾਲੀ ਯਾਦ ਕਰਾਉਣ ਵਾਸਤੇ ਵੀ ਕਈ ਕਈ ਹਜ਼ਾਰ ਸਿੱਖ ਜਿਹੜੇ ਆ ਉਹ ਸ਼ਹੀਦ ਕਰਵਾਏ। ਜਿਹਨਾਂ ਕੋਲ ਭਗਤੀ ਅਤੇ ਸ਼ਕਤੀ ਸੀ ਉਹ, ਕਿਉਂਕਿ ਭਗਤੀ ਨੈਤਿਕ ਗੁਣ ਦਿੰਦੀ ਹੈ ਅਤੇ ਉਹ ਨੈਤਿਕ ਗੁਣਾਂ ਨੂੰ ਧਾਰਨ ਕਰਦਿਆਂ ਆਪਣੀ ਭਗਤੀ ਜਿਹੜੀ ਆ ਉਹਦੇ ਕਰਕੇ ਜੋ ਨੈਤਿਕ ਗੁਣ ਮਿਲੇ, ਜੋ ਜਦੋਂ ਤਾਕਤ ਕੋਲ ਆ ਗਈ ਅਤੇ ਫਿਰ ਉਹ ਜ਼ੁਲਮ ਕਰਨ ਵਾਲੇ ਨਹੀਂ ਬਣੇ, ਜ਼ੁਲਮ ਰੋਕਣ ਵਾਲੇ ਬਣੇ, ਅਤੇ ਅਬਦਾਲੀ ਦੇ ਦੇਸ਼ ਜਾ ਕੇ ਵੀ ਹਿੰਦੁਸਤਾਨੀ ਇੱਜ਼ਤ ਮੁਟਿਆਰਾਂ ਨੂੰ ਯਾਦ ਕਰਵਾ ਕੇ ਆਪਣੇ ਦੇਸ਼ ਲਿਆ ਕੇ ਭੈਣ ਕਹਿ ਕੇ
ਘਰ ਘਰ ਛੱਡ ਕੇ ਆਉਂਦੇ ਰਹੇ ਨੇ। ਸੋ ਮੀਰੀ ਪੀਰੀ ਦਿਵਸ ਦੇ ਉੱਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਇਸ ਸਿਧਾਂਤ ਨੂੰ ਆਪਣੀ ਜ਼ਿੰਦਗੀ 'ਚ ਇੰਪਲੀਮੈਂਟ ਕਰੀਏ, ਅੱਜ ਦੇ ਸੰਦਰਭ ਵਿੱਚ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰੀਏ। ਬਾਣੀ ਜੋ ਸਾਡੇ ਅੰਦਰ ਨਿਤਨੇਮ ਹੈ, ਬਾਣਾ ਜੋ ਸਾਡੇ ਬਾਹਰੀ ਕਕਾਰ ਨੇ ਉਹਨਾਂ ਨੂੰ ਧਾਰਨ ਕਰੀਏ। ਸ਼ਕਤੀ ਕਿਰਪਾਨ ਵੀ ਉਹਦੇ ਵਿੱਚ ਸ਼ਾਮਲ ਹੈ। ਸੋ ਜੋ ਗਰੀਬ ਦੀ, ਮਜ਼ਲੂਮ ਦੀ, ਨਿਤਾਣੇ ਦੀ, ਨਿਮਾਣੇ ਦੀ ਰੱਖਿਆ ਵਾਸਤੇ ਹੈ, ਕਿਉਂਕਿ ਆਪ ਆਜ਼ਾਦ ਹੋਣਾ ਅਤੇ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜਿਆਂ ਨੂੰ ਆਜ਼ਾਦ ਕਰਵਾਉਣਾ ਇਹ ਖਾਲਸਾ ਹੀ ਧਰਮ ਹੈ। ਸੋ ਆਓ ਆਪਾਂ ਅੱਜ ਨੂੰ ਜਨਾਣੇ ਅੰਮ੍ਰਿਤ ਨਹੀਂ ਛਕਿਆ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਇਹਨਾਂ ਨੂੰ ਧਾਰਨ ਕਰੀਏ। ਹੋਰ ਅੱਗੇ ਚੱਲਦੇ ਹਾਂ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਨੀਂਹ ਪੱਥਰ ਰੱਖਣਾ ਸੀ ਅਤੇ ਉਸ ਵੇਲੇ ਵੀ ਪਹਿਲੀ ਇੱਟ ਜਿਹੜੀ ਲਾਉਣੀ ਸੀ, ਪਹਿਲਾ ਟੱਕ ਜਿਹੜਾ ਲਾਉਣਾ ਸੀ, ਉਹ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਸੇਵਾ ਬਾਬਾ ਬੁੱਢਾ ਜੀ ਦੇ ਕਰ ਕਮਲਾਂ ਤੋਂ ਰਹੀ ਅਤੇ ਇਹਦੀ ਨੀਂਹ ਅਕਾਲ ਤਖਤ ਸਾਹਿਬ ਜੀ ਦੀ ਸਤਿਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਤੋਂ ਰਖਵਾਈ ਗਈ। ਇੰਨੇ ਮਾਣ, ਇੰਨੇ ਸਤਿਕਾਰ ਮਿਲੇ ਨੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹਕੂਮਤ ਨੇ ਗ੍ਰਿਫਤਾਰ ਕਰ ਲਿਆ ਨਾ, ਅਤੇ ਮੁਗਲ ਹਕੂਮਤ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ, ਤਾਂ ਉਸ ਵੇਲੇ ਵੀ ਬਾਬਾ ਬੁੱਢਾ ਜੀ ਦਾ ਇੱਕ ਬਹੁਤ ਵੱਡਾ ਰੋਲ ਸੀਗਾ। ਬਾਬਾ ਬੁੱਢਾ ਜੀ ਕੀ ਕਰਦੇ ਸੀ ਕਿ ਉਹਨਾਂ ਜਦੋਂ ਵਿਧੀ ਚੰਦ ਜਿਹੜਾ ਪਹਿਲਾਂ ਡਾਕੂ ਸੀ, ਗੁਰੂ ਦੀ ਸੰਗਤ ਦੇ ਵਿੱਚ ਆ ਕੇ ਜਦੋਂ ਉਹ ਪੂਰਨ ਗੁਰਸਿੱਖ ਬਣ ਗਿਆ, ਉਹਨੇ ਗਲਤ ਕੰਮ ਛੱਡ ਦਿੱਤੇ, ਅਤੇ ਉਸ ਵੇਲੇ ਫਿਰ ਉਹ ਦੋ ਢਾਡੀ ਆਪਣੇ ਪਿੰਡੋਂ ਲੈ ਕੇ ਆਇਆ ਸੀ, ਵਿਧੀ ਚੰਦ, ਭਾਈ ਵਿਧੀ ਚੰਦ ਜੀ, ਅਤੇ ਉਹ ਦੋਨੋਂ ਢਾਡੀਆਂ ਨੂੰ ਬਾਬਾ ਬੁੱਢਾ ਜੀ ਦਾ ਇੱਕ ਪਿੰਡ 'ਚ ਭੇਜ ਦੇਣਾ, ਜਾ ਕੇ ਕਹਿਣਾ ਕਿ ਪਿੰਡ ਦੇ ਚੁਰਾਹੇ 'ਚ ਜਾ ਕੇ ਤੁਸੀਂ ਢਾਡੀ ਵਾਰਾਂ ਗਾਓ, ਵੀਹ ਰਸ ਸੰਗਤ 'ਚ ਪੈਦਾ ਕਰੋ। ਉਹਦੇ ਨਾਲ ਸੰਗਤ ਇਕੱਠੀ ਹੋ ਜਾਂਦੀ ਸੀ, ਪਿੰਡ 'ਚ ਸੰਗਤ ਇਕੱਠੀ ਕਰਨ ਦਾ ਹੀ ਤਰੀਕਾ ਹੁੰਦਾ ਸੀ। ਉਦੋਂ ਟੈਲੀਵਿਜ਼ਨ ਨਹੀਂ ਹੁੰਦੇ ਸੀ, ਰੇਡੀਓ ਨਹੀਂ ਸੀ ਹੁੰਦੇ, ਅਖਬਾਰਾਂ ਨਹੀਂ ਸੀ ਹੁੰਦੀਆਂ, ਉਦੋਂ ਬੁਨਿਆਦੀ ਹੁੰਦੀ ਸੀ। ਪਰ ਸਭ ਤੋਂ ਬੈਸਟ ਤਰੀਕਾ ਬਾਬਾ ਬੁੱਢਾ ਜੀ ਨੇ ਲੱਭਿਆ ਕਿ ਉਹ ਢਾਡੀ ਜਿੱਥਾ ਜਿਹੜੇ ਸੀਗੇ ਉਹ ਜਾ ਕੇ ਢੱਡ ਵਾਰਾਂ ਗਾਉਂਦੇ ਸੀ, ਪਿੰਡ ਸਾਰਾ ਚੌਰਾਹੇ 'ਚ ਇਕੱਠਾ ਹੋ ਜਾਂਦਾ ਸੀ, ਅਤੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਉੱਥੇ ਪਹੁੰਚ ਜਾਂਦੇ ਸੀ, ਫਿਰ ਜਾ ਕੇ ਸੰਗਤ ਨੂੰ ਇਹ ਜਾਣਕਾਰੀ ਦਿੰਦੇ ਸੀ ਵੀ ਸਾਡੇ ਗੁਰੂ, ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੋ ਜਹਾਂਗੀਰ ਹੈ, ਬਾਦਸ਼ਾਹ, ਜਿਹੜੀ ਹਕੂਮਤ ਹੈ, ਉਹਨੇ ਗ੍ਰਿਫਤਾਰ ਕਰ ਲਿਆ ਅਤੇ ਦੂਰ ਗਵਾਲੀਅਰ ਦੇ ਕਿਲ੍ਹੇ ਵਿੱਚ ਜਾ ਕੇ ਉਹਨਾਂ ਨੂੰ ਕੈਦ ਕਰ ਦਿੱਤਾ ਵਾ, ਅਤੇ ਫਿਰ ਸੰਗਤਾਂ ਇਕੱਠੀਆਂ ਹੁੰਦੀਆਂ ਅਤੇ ਬਾਬਾ ਬੁੱਢਾ ਜੀ ਦੀ ਅਗਵਾਈ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਜਾਇਆ ਕਰਦੀਆਂ ਸੀ। ਇਹ ਜਸ ਗਾਉਂਦੇ ਹੋਏ ਕਿਲ੍ਹੇ ਦੀ ਪਰਿਕਰਮਾ ਕਰਕੇ ਵਾਪਸ ਆ ਜਾਂਦੇ ਸੀ, ਕਿਉਂਕਿ ਗੁਰੂ ਜੀ ਨੂੰ ਮਿਲਣ ਦਾ ਹਕੂਮਤ ਵੱਲੋਂ ਹੁਕਮ ਨਹੀਂ ਸੀ। ਪਰ ਜਦੋਂ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾਅ ਕਰਨ ਦਾ ਫੈਸਲਾ ਲਿਆ, ਅਤੇ ਉਸ ਵੇਲੇ ਫਿਰ ਉਹਨਾਂ ਨੇ 52 ਹਿੰਦੂ ਰਾਜੇ ਜਿਹੜੇ ਗੁਲਾਮ ਸੀ, ਜੇਲ੍ਹ ਦੇ ਅੰਦਰ ਬੰਦ ਸੀ, ਉਹਨਾਂ ਨੂੰ ਵੀ ਰਿਹਾਅ ਕਰਵਾਇਆ ਸੀ। 52 ਕਲੀਆਂ ਵਾਲਾ ਚੋਲਾ ਪਾ ਕੇ, ਅਤੇ 52 ਕਿਉਂਕਿ ਹਕੂਮਤ ਨੇ ਕਿਹਾ ਸੀ ਜਿੰਨੇ ਗੁਰੂ ਜੀ ਦੇ ਜਿਹੜੇ ਕੱਪੜੇ ਪਾਏ ਨੇ ਉਹਦਾ ਲੜ ਫੜ ਕੇ ਬਾਹਰ ਜਾ ਸਕਦੇ ਨੇ, ਉਨੇ ਅਸੀਂ ਰਿਹਾਅ ਕਰ ਦਿਆਂਗੇ। ਗੁਰੂ ਜੀ ਨੇ ਸਾਰੇ ਰਿਹਾਅ ਕਰਨ ਦੀ ਮੰਗ ਕੀਤੀ ਸੀ। 52 ਕਲੀਆਂ ਵਾਲਾ ਫਿਰ ਗੁਰੂ ਜੀ ਨੇ ਚੋਲਾ ਪਾਇਆ ਸੀ, ਅਤੇ 52 ਦੇ 52 ਜਿਹੜੇ ਰਾਜੇ ਸੀ ਉਹ ਮੁਗਲ ਦੀ ਕੈਦ ਵਿੱਚੋਂ, ਮੁਗਲਾਂ ਦੀ ਕੈਦ ਵਿੱਚੋਂ, ਜਹਾਂਗੀਰ ਦੀ ਕੈਦ ਵਿੱਚੋਂ ਜਿਹੜਾ ਰਿਹਾਅ ਹੋ ਕੇ ਗੁਰੂ ਜੀ ਦੇ ਨਾਲ ਵਾਪਸ ਪਰਤੇ ਸੀਗੇ। ਸੋ ਇੱਥੇ ਇਹ ਗੁਰੂ ਜੀ ਦੀ ਵਡਿਆਈ, ਗੁਰੂ ਜੀ ਦਾ ਗੁਣ, ਅਤੇ ਉੱਥੇ ਗੁਰੂ ਜੀ ਦੇ ਦਰਸ਼ਨ ਕਰਨ ਸੰਗਤਾਂ ਨੂੰ ਲੈ ਕੇ ਜਾਣਾ, ਸੰਗਤਾਂ ਨੂੰ ਕਨਵੇ ਕਰਨਾ, ਸੰਗਤਾਂ ਦਾ ਪ੍ਰੈਸ਼ਰ ਬਣਾਉਣਾ ਬੜਾ ਜ਼ਰੂਰੀ ਸੀਗਾ ਹਕੂਮਤ ਦੇ ਉੱਤੇ, ਤਾਂ ਉਹ ਕਾਰਜ ਸਾਰਾ ਫਿਰ ਬਾਬਾ ਬੁੱਢਾ ਜੀ ਦੇ ਹਿੱਸੇ ਆਇਆ। ਇੱਕ ਆਖਰੀ ਗੱਲ ਕਿ ਬਾਬਾ ਬੁੱਢਾ ਜੀ ਨੇ ਸਤਿਗੁਰਾਂ ਦੀ ਯਾਦ ਤਾਜ਼ਾ ਰੱਖਣ ਲਈ ਚੌਂਕੀ ਸਾਹਿਬ ਦੀ ਰੀਤ ਚਲਾਈ ਜੋ ਅੱਜ ਤੱਕ ਨਿਰੰਤਰ ਜਾਰੀ ਹੈ, ਕਿਉਂਕਿ ਬਾਬਾ ਬੁੱਢਾ ਜੀ ਸ਼ਬਦ ਪੜ੍ਹਦੇ, ਸ਼ਬਦ ਚੌਂਕੀ ਕਰਦੇ ਹੀ ਕਿਲ੍ਹੇ ਦੀ ਪਰਿਕਰਮਾ ਕਰਕੇ ਗਵਾਲੀਅਰ ਤੋਂ ਵਾਪਸ ਆ ਜਾਂਦੇ ਸੀ, ਅਤੇ ਬਾਬਾ ਬੁੱਢਾ ਜੀ ਨੇ ਉਹਨੂੰ ਇੱਕ ਯਾਦ ਨੂੰ ਤਾਜ਼ਾ ਰੱਖਣ ਲਈ ਮਤਲਬ ਇੱਕ ਪਰੰਪਰਾ ਵਜੋਂ ਇਹਨੂੰ ਸ਼ੁਰੂ ਕੀਤਾ ਜੋ ਅੱਜ ਤੱਕ ਜਾਰੀ ਹੈ। ਸਤਸੰਗਤ ਜੀ, ਬੱਚਿਓ, ਤੁਸੀਂ ਦੇਖਿਓ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ, ਜਦੋਂ ਮੱਥਾ ਟੇਕਣ ਲਈ ਉਹ ਲਾਈਨ 'ਚ ਜਿੱਥੇ ਕਾਫ਼ੀ ਭੀੜ ਹੁੰਦੀ ਹੈ ਲੱਗਦੇ ਹੋ, ਅਤੇ ਇੱਕ ਸ਼ਬਦੀ ਜਥਾ ਹੱਥ 'ਚ ਗੁਟਕਾ ਸਾਹਿਬ ਫੜੇ ਹੁੰਦੇ ਨੇ, ਕੁਝ ਬੀਬੀਆਂ ਵੀਰ ਹੁੰਦੇ ਨੇ, ਉਹ ਭੀੜ ਚੀੜ ਕੇ ਅੱਗੇ ਨਿਕਲ ਜਾਂਦੇ ਨੇ, ਬਾਣੀ ਪੜ੍ਹਦੇ ਜਾਂਦੇ ਨੇ।
ਉਹ ਸ਼ਬਦ ਚੌਂਕੀ ਦੀ ਇੰਨੀ ਮਹਾਨਤਾ ਵਾ ਕਿ ਜਦੋਂ ਉਹ ਦਰਬਾਰ ਸਾਹਿਬ ਦੇ ਅੰਦਰ ਐਂਟਰ ਕਰਦੀ ਆ ਤੇ ਅੰਦਰ ਵਾਲਾ ਜੋ ਕੀਰਤਨ ਚੱਲ ਰਿਹਾ ਹੁੰਦਾ ਉਹ ਬੰਦ ਹੋ ਜਾਂਦਾ ਤੇ ਰਾਗੀ ਜਥੇ ਤੇ ਸਾਰੀ ਸੰਗਤ ਇਹ ਜਿਹੜਾ ਜੋਟੀਆਂ ਨਾਲ ਸ਼ਬਦ ਪੜ੍ਹਦੇ ਜਾ ਰਹੇ ਹੁੰਦੇ ਨੇ ਇਹ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੰਦੇ ਨੇ। ਜਥਾ ਮੱਥਾ ਟੇਕ ਕੇ ਬਾਹਰ ਨਿਕਲ ਜਾਂਦਾ ਤੇ ਅੰਦਰ ਵਾਲੀ ਸੰਗਤ ਇਸ ਸ਼ਬਦ ਨੂੰ ਪੂਰਾ ਕਰਕੇ ਤੇ ਫਿਰ ਰਾਗੀ ਸਿੰਘ ਆਪਣਾ ਅਗਲਾ ਕੀਰਤਨ ਜਿਹੜਾ ਉਹ ਦੁਬਾਰਾ ਸ਼ੁਰੂ ਕਰਦੇ ਨੇ। ਕਦੇ ਵੀ ਜਦੋਂ ਤੁਸੀਂ ਜਾਓ ਤੇ ਨੋਟ ਕਰਿਓ, ਜੇ ਕਦੇ ਲਾਈਵ ਕੀਰਤਨ ਸੁਣਦਿਆਂ ਕਦੇ ਇਹ ਦ੍ਰਿਸ਼ ਸਾਹਮਣੇ ਆਵੇ ਤੇ ਨੋਟ ਕਰਿਓ ਕਿ ਇਸ ਸ਼ਬਦ ਚੌਂਕੀ ਦੀ ਕਿੰਨੀ ਮਹਾਨਤਾ ਹੈ। ਬਾਬਾ ਬੁੱਢਾ ਜੀ ਬਿਰਧ ਹੋ ਗਏ ਤੇ ਵਾਪਸ ਰਾਮਦਾਸ ਜਿੱਥੋਂ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਸੀ ਉੱਥੇ ਆਪਣੇ ਪਿੰਡ ਵਾਪਸ ਆ ਗਏ। 16 ਨਵੰਬਰ 1631 ਈਸਵੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਹੱਥਾਂ ਵਿੱਚ 125 ਸਾਲ ਦੀ ਉਮਰ ਭੋਗ ਕੇ ਬਾਬਾ ਬੁੱਢਾ ਜੀ ਨੇ ਅੰਤਮ ਸਵਾਸ ਲਏ। ਫਿਰ ਬਾਬਾ ਬੁੱਢਾ ਜੀ ਦਾ ਸੁਭਾਗ ਦੇਖੋ ਕਿ ਉਹਨਾਂ ਦੀ 125 ਸਾਲ ਉਮਰ ਤੇ ਸਾਰੀ ਉਮਰ 12 ਸਾਲ ਤੋਂ ਲੈ ਕੇ ਮਤਲਬ 113 ਸਾਲ ਗੁਰੂ ਸਾਹਿਬਾਨਾਂ ਦੇ 6 ਗੁਰੂ ਸਾਹਿਬਾਨਾਂ ਦੇ ਨਾਲ ਬਤੀਤ ਹੋਈ ਔਰ ਫਿਰ ਗੁਰੂ ਸਾਹਿਬ ਦੇ ਹੱਥਾਂ ਵਿੱਚ ਹੀ ਉਹਨਾਂ ਨੇ ਆਪਣੇ ਸਵਾਸ ਤਿਆਗੇ, ਜਿੱਥੇ ਉਹਨਾਂ ਨੇ ਪਹਿਲੇ 5 ਗੁਰੂਆਂ ਦੀਆਂ ਰਸਮਾਂ ਜਿਹੜੀਆਂ ਸੀਗੀਆਂ ਉਹ ਅਦਾ ਕੀਤੀਆਂ ਗੁਰਿਆਈ ਦੀਆਂ, ਸੈਕੰਡ ਤੋਂ 7ਵੇਂ ਦੀਆਂ। ਅਤੇ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਦੀਆਂ ਅੰਤਮ ਜਿਹੜਾ ਸੰਸਕਾਰ ਆਪਣੇ ਕਰ ਕਮਲਾਂ ਦੇ ਨਾਲ ਕੀਤਾ ਅਤੇ ਭਾਣਾ ਮੰਨਣ ਦਾ ਉਪਦੇਸ਼ ਦੇ ਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਅੰਮ੍ਰਿਤਸਰ ਆ ਗਏ। ਸੋ ਇਹ ਬਾਬਾ ਬੁੱਢਾ ਜੀ ਦਾ ਜੀਵਨ ਹੈ, ਉਹਨਾਂ ਦੀ ਘਾਲਣਾ ਹੈ, ਉਹਨਾਂ ਦਾ ਸਮਰਪਣ ਹੈ, ਉਹਨਾਂ ਦੀ ਸੇਵਾ ਹੈ ਔਰ ਉਹਨਾਂ ਦੀ ਲਿਆਕਤ ਬੁੱਧੀ ਅਤੇ ਸਿਆਣਪ ਹੈ। ਜੇ ਅਸੀਂ ਸਮਰਪਿਤ ਹੋਵਾਂਗੇ, ਗੁਰੂ ਦੀ ਬਾਣੀ ਪੜ੍ਹਾਂਗੇ, ਗੁਰੂ ਦੀ ਬਾਣੀ 'ਤੇ ਚੱਲਾਂਗੇ ਤਾਂ ਸਾਨੂੰ ਵੀ ਮਾਣ ਤਾਣ ਜਿਹੜਾ ਉਹ ਮਿਲੇਗਾ। ਪਰ ਸਾਡੀ ਅਵਸਥਾ ਵੀ ਇਹ ਰਹਿਣੀ ਚਾਹੀਦੀ ਹੈ ਕਿ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ। ਤੁਹਾਡੇ ਕੋਲ ਪਾਵਰ ਆਉਂਦੀ ਹੈ ਅਤੇ ਤੁਸੀਂ ਨਿਤਾਣੇ ਬਣ ਕੇ ਵਿਚਰੋ, ਮਾਣ ਆਉਂਦਾ ਤੁਹਾਨੂੰ ਮਿਲਦਾ ਅਤੇ ਨਿਮਾਣੇ ਹੋ ਕੇ ਵਿਚਰੋ, ਤਾਂ ਹੀ ਤੁਸੀਂ ਪ੍ਰਵਾਨ ਸਰ ਸਕੋਗੇ, ਤਾਂ ਹੀ ਤੁਹਾਨੂੰ ਗੁਰੂ ਘਰ ਦੀਆਂ ਖੁਸ਼ੀਆਂ ਖੇੜੇ ਸਾਨੂੰ ਸਾਰਿਆਂ ਨੂੰ ਮਿਲ ਸਕਣਗੀਆਂ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਸੋ ਸਿੱਖਸ ਹੈਲਪਿੰਗ ਸਿੱਖਸ ਵੀ ਜਤਿੰਦਰ ਸਿੰਘ ਜੀ ਉੱਪਲ ਮੈਲਬੋਰਨ ਆਸਟ੍ਰੇਲੀਆ ਦੀ ਅਗਵਾਈ ਦੇ ਵਿੱਚ ਸਹਿਜ ਪਾਠ ਸੇਵਾ ਮੁਹਿੰਮ ਚਲਾ ਰਿਹਾ। ਇੱਕੋ ਹੀ ਮਕਸਦ ਆ ਕਿ ਸਾਡਾ ਯੂਥ ਜਿਹੜਾ ਸਾਡਾ ਭਵਿੱਖ ਵਾ, ਜਿਹੜਾ ਕੱਲ੍ਹ ਦਾ ਵਾਰਸ ਹੈ, ਉਹ ਬਾਣੀ ਨਾਲ ਜੁੜ ਜਾਵੇ, ਕਿਉਂਕਿ ਇਹਨਾਂ ਵਿੱਚੋਂ ਹੀ ਭਾਈ ਵੀਰ ਸਿੰਘ ਜੀ ਵਰਗੀਆਂ ਸ਼ਖਸੀਅਤਾਂ, ਬਾਬਾ ਬੁੱਢਾ ਜੀ ਵਰਗੀਆਂ ਸ਼ਖਸੀਅਤਾਂ, ਉਹਨਾਂ ਦਾ ਲੈਵਲ ਤਾਂ ਨਹੀਂ ਬੜੀ ਵੱਡੀ ਮਹਾਨ ਸ਼ਖਸੀਅਤ ਸੀ, ਪਰ ਉਹਨਾਂ ਦੇ ਪਦ ਚੰਨਾਂ 'ਤੇ ਚੱਲਣ ਵਾਲੇ ਜਿਹੜੀਆਂ ਸ਼ਖਸੀਅਤਾਂ ਨੇ ਉਹ ਇਹਨਾਂ ਵਿੱਚੋਂ ਹੀ ਪੈਦਾ ਹੋਣੀਆਂ ਨੇ, ਇਹੀ ਕੱਲ੍ਹ ਨੂੰ ਵੱਡੇ ਹੋ ਕੇ ਸਾਡੀ ਕੌਮ ਦੇ ਆਗੂ ਬਣਨੇ ਨੇ। ਸੋ ਜਿੰਨੇ ਬੱਚੇ ਬਾਣੀ ਨਾਲ ਜੋੜ ਲਵਾਂਗੇ, ਉਨਾ ਹੀ ਜਿਹੜਾ ਹੈ ਬੁਰਾਈਆਂ ਘਟਣਗੀਆਂ, ਨੈਤਿਕਤਾ ਆਏਗੀ। ਸੋ ਇਹ ਗੁਰਾਂ ਦਾ ਪੰਜਾਬ ਵੱਸਦਾ ਰਹੇ, ਚੜ੍ਹਦੀ ਕਲਾ 'ਚ ਰਹੇ, ਇਹ ਕਾਰਜ ਅਸੀਂ ਕਰ ਰਹੇ ਹਾਂ। ਸਾਰੇ ਅਰਦਾਸ ਕਰਿਓ ਕਿ ਵਾਹਿਗੁਰੂ ਸਾਡੀ ਟੀਮ ਨੂੰ ਸਮੱਥ, ਚੜ੍ਹਦੀ ਕਲਾ, ਸੇਧ, ਅਗਵਾਈ, ਆਪਸੀ ਪਿਆਰ ਤਫਾਕ, ਦੇਹ ਰੋਕਤਾ ਬਖਸ਼ਿਸ਼ ਕਰੇ। ਪਿੱਛੇ ਸਾਰੀ ਟੀਮ ਦੇ ਬੱਚਿਆਂ ਨੂੰ ਚੜ੍ਹਦੀ ਕਲਾ ਹਰ ਮੈਦਾਨੇ ਫਤਿਹ ਜਾਬੀ ਉਹ ਚੌਦੇ ਗੁਰਸਿੱਖੀ ਦਾਨ ਬਖਸ਼ਿਸ਼ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।